ਐਡਾ ਦਿਨ ਚੜ੍ਹ ਆਇਆ, ਤੇਰੀ ਹਲੇ ਤੱਕ ਨੀਂਦ ਨੀ ਖੁੱਲੀ। ਮਾਂ ਛੱਡ ਕੇ ਤੁਰ ਗਈ ਮੇਰਾ ਲਹੂ ਪੀਣ ਨੂੰ। ਹੁਣ ਬੈਠੀ ਨਾ ਰਹੀ, ਫੇਰੀ ਦਫਲਾ ਵੀਰਾਂ ਦੇ ਭਾਂਡੇ ਚੱਕ ਲਈ, ਲੀੜੇ ਧੋਣੇ ਆ ਅੱਜ, ਨਹੀਂ ਤਾਂ ਚੱਪਲ ਨਾਲ ਨਾ ਚੰਮ ਉਧੇੜ ਦੂ। ਫੌਜੀ ਤੂੰ ਅੱਜ ਫਿਰ ਸੁਪਨੇ ਦੇ ਵਿੱਚ ਹੀ ਆਇਆ। ਨਮਾਜ਼ ਵਾਲੀ ਅੰਮੀ ਨੂੰ ਤਾਂ ਮੈਂ ਆਪ ਮਿੱਟੀ ਚ ਦੱਬਿਆ, ਉਹ ਤਾਂ ਹੁਣ ਆ ਨਹੀਂ ਸਕਦੀ। ਸਭ ਕਹਿੰਦੇ ਤੂੰ ਗੁਆਚ ਗਿਆ, ਤੂੰ ਕੋਈ ਜਵਾਕ ਹੈ ਜਿਹੜਾ ਗੁਆਚ ਗਿਆ? ਜੇ ਆਪ ਹੋਈ ਜਾਏ ਤਾਂ ਕਿਸੇ ਤੋਂ ਪੁੱਛ ਕੇ ਆ ਜਾ, ਫਿਰ ਪਾਪਾ ਬਣ ਕੇ ਆ ਜਾ ਨਾ। ਇੰਨੀ ਕਪੱਤੀ ਹੈ ਨਾ, ਕੰਮ ਕਰਾਉਣ ਮਾਰੇ ਸਾਰਾ ਦਿਨ ਰੋ ਮਾਰਦੀ ਹੈ, ਪਰ ਮੈਨੂੰ ਭੋਰਾ ਬੁਰਾ ਨਹੀਂ ਲੱਗਦਾ। ਨਮਾਜ਼ ਵਾਲੀ ਅੰਮੀ, ਜੇ ਤੂੰ ਰੋ ਮਾਰਦੀ ਨਾ ਮੈਨੂੰ ਬਹੁਤ। ਤੂੰ ਦੱਸ ਕਿਹੜਾ ਤਾਰਾ ਤੈਨੂੰ ਤੋੜਨਾ ਹੈ ਮੈਂ। ਫੌਜੀ, ਅਸੀਂ ਦੂਜੇ ਪਿੰਡ ਚੱਲਿਆ ਨਰਮਾ ਚੁਗਨ। ਜੇ ਪਿੱਛੋਂ ਆਈ ਤਾਂ ਕਰੇ ਰੁਕ ਜੀ, ਪਾਲਾ ਬਾਈ ਕਰੇ ਹੀ ਹੋਊ ਚੱਕੀ ਤੇ, ਉਹਨੇ ਨਹੀਂ ਜਾਣਾ। ਮਾਣਕ, ਦੇਵ ਬਾਈ, ਪਾਪੀਆਂ, ਤਾਇਆ ਤਾਈ, ਅਸੀਂ ਸਾਰੇ ਹੀ ਚੱਲਿਆ। ਦੋ ਢਾਈ ਮਹੀਨੇ ਲੱਗ ਜਾਣਗੇ, ਉਦੋਂ ਤੱਕ ਨੂੰ ਠੰਡ ਹੋ ਜਾਊ। ਜੈਕਟ ਟਰੰਕ 'ਚ ਪਈ ਆ, ਕੱਢ ਕੇ ਪਾ ਲਈ। ਲੀੜੇ ਲੂੜੇ ਪਾ ਲੈ ਕੁੜੇ, ਤੇਰਾ ਤਾਇਆ ਕਦੋਂ ਦਾ ਰੌਲਾ ਪਾਈ ਜਾਂਦਾ, ਇੱਥੇ ਆ ਕੇ ਖੜ ਜਾਂਦੀ ਹੈ। 15 ਵਰੇ ਹੋ ਗਏ ਉਹਨੂੰ ਗੁਆਚੇ ਨੂੰ, ਜੇ ਆਉਣਾ ਹੁੰਦਾ ਨਾ ਕੱਦਾ ਆ ਜਾਂਦਾ, ਮਰਮਰ ਆ ਗਿਆ ਹੋਣਾ ਕਿਤੇ, ਹੱਸੀਆਂ ਦਾ ਪਤਾ ਲੱਗਦਾ। ਦਵਾ ਦਵਾ ਆ ਜਾ। ਫੌਜੀ ਤਾਂ ਆਊਗਾ ਤਾਈ, ਉਰੇ ਦੇ ਦੋਨੇ ਮੁੰਡੇ ਗੋਰਾ ਕਾਲਾ,
ਤੋਹੇ ਪੁਲਿਸ ਸਿਪਾਹੀ ਭਰਤੀ ਹੋ ਗਏ, ਤੂੰ ਵੀ ਭੱਜ ਲਿਆ ਕਰ ਮਾੜਾ ਮੋਟਾ। ਹਾਂ ਚੱਕ ਬਾਈ, ਹੁਣ ਦੱਸ ਪਿੰਡ 'ਚ ਓਲੰਪਿਕ ਕਰਾ ਲਓ, ਪਹਿਲੇ ਨੰਬਰ 'ਤੇ ਆਊਂਗਾ ਮੈਂ। ਨਾਲੇ ਬਾਈ ਚੱਕਰ ਜਿਹੜਾ ਦੋ ਕੱਢ ਦੂੰ ਇੰਨੇ ਟਾਈਮ 'ਚ ਮੈਂ। ਨੋਟ ਲੱਗ ਜਾ ਬਾਈ, 10 ਲੱਖ ਰੁਪਇਆ ਦਿਓ ਯਾਰ, ਲੱਗ ਜੂੰਗਾ ਸਰਕਾਰੀ ਨੌਕਰੀ। ਐਡੀ ਕਿਹੜੀ ਗੱਲ ਆ ਯਾਰ, ਭਾਬੀ ਮੈਂ ਹਲੀ ਰੱਜਿਆ ਨੀਗਾ। ਬਸ ਕਰ ਹੁਣ, ਜਵਾਕ ਦੇਖ ਲੈ ਕਿਵੇਂ ਗਿਰਜਾ ਵਾਂਗੂ ਝੱਕੀ ਜਾਂਦੇ ਨੇ। ਪਤਾ ਨੀ ਏਡਾ ਕਿੱਥੋਂ ਕਾਲ ਪਿਆ ਏ, ਅਸੀਂ 7 ਜਣੇ ਇੰਨਾ ਅੰਨ ਨਹੀਂ ਖਾਂਦੇ ਜਿੰਨਾ ਇਹ ਕੱਲਾ ਦਵਾਰ ਜਾਂਦਾ। ਬਾਬਾ ਮੇਹਰ ਕਰੇ, ਜਿੰਨੇ ਮੇਰਾ ਸੂਤ ਲੱਗ ਗਿਆ ਭਾਬੀ, ਮੈਂ ਕਿਸੇ ਨੂੰ ਨੀ ਪੁੱਛਿਆ ਕਰਨਾ ਕਿਹਨੇ ਕਿੰਨੇ ਬਰਗਰ ਖਾਣੇ, ਕਿੰਨੇ ਕਿੰਨੇ ਪੀਜ਼ੇ ਖਾਣੇ, ਜਿੰਨੇ ਮਰਜ਼ੀ ਖਾਓ। ਹਾਂ, ਇਹ ਤਾਂ ਆਪਾਂ ਖਾਲਦੀ ਬੋਰੀ ਨੂੰ ਤਰਸਦੇ ਹਾਂ। ਜਦੋਂ ਬਾਬੇ ਨੇ ਮੇਹਰ ਕਰਤੀ, ਚੌਕਲੇਟਾਂ ਦੀਆਂ ਬੋਰੀਆਂ ਭਰ ਕੇ ਲਿਆਊਂਗਾ ਨਿਆਣੇ ਲਈ, ਚੌਕਲੇਟਾਂ ਦੀਆਂ ਬੋਰੀਆਂ, ਪੂਰੀ ਵਾਲੀ ਟਰਾਲੀ ਸਿਰੇ ਤੋਂ ਲੱਦ ਕੇ ਕੁਰਕਰੇ ਚਿਪਸ। ਦੱਸੋ ਬੇਟਾ ਕਿਹੜੀ ਖਾਣੀ ਆ, ਹਰੀ ਕੇ ਨੀਲੀ? ਨੀਲੀ ਹਰੀ ਚਾਚਾ, ਨੀਲੀ ਚ ਤਾਂ ਮਿਰਚਾਂ ਹੁੰਦੀਆਂ। ਓਕੇ ਬੇਟਾ, ਭਾਬੀ ਕੱਲ ਤੋਂ ਇਹਨਾਂ ਨੂੰ ਪਹਿਲਾਂ ਰੋਟੀ ਦੇ ਦਿਆ ਕਰ, ਨਿਆਣੇ ਆ। ਉਹ ਕੋਈ ਨੀ ਚਾਚਾ, ਪਰ ਉਹ ਬੋਰੀ ਵਾਲੀ ਗੱਲ ਤੇ ਪੱਕਾ ਰਹੀ। ਜਾ ਵਾਟਰ ਲੈ ਕੇ ਆ। H2O ਇਜ਼ ਵਾਟਰ? ਨਹੀਂ ਜੀ। ਹਾਂ, 2 ਹਾਈਡਰੋਜਨ ਦੇ ਮੋਲੀਕਿਊਲ ਐਂਡ ਆਕਸੀਜਨ ਦਾ 1 ਮਿਲੀਅਨ, ਫੇਰ ਜਾ ਕੇ ਪਾਣੀ ਬਣਦਾ। ਸ਼ਰਤ ਲਾ ਲਾ। ਹਲੋ, ਭਾਬੀ ਦੇ ਪੁੱਤਾਂ ਨੀ ਸੁਣ ਲਓ, ਓਏ ਹਵਾ 'ਚ ਹਾਈਡਰੋਜਨ ਹੁੰਦੀ ਆ, ਹਵਾ 'ਚ ਆਕਸੀਜਨ ਹੁੰਦੀ ਆ, ਐਂ ਤਾਂ ਫਿਰ ਸਾਰੀ ਧਰਤੀ 'ਤੇ ਪਾਣੀ ਉਹ ਪਾਣੀ ਹੋ ਜਾਏ ਜਿਵੇਂ ਇਹ H2O ਵਾਟਰ ਬਣਾਈ ਜਾਂਦਾ। ਉਹ ਬੇਟਾ ਜੀ ਪੜ੍ਹ ਲਿਆ ਕਰੋ, ਪੜ੍ਹ ਲਿਆ ਕਰੋ, ਤੁਹਾਡੇ ਭਾਪੇ ਨੇ ਤੁਹਾਨੂੰ ਕਿਸੇ ਨਾਲ ਦਿਹਾੜੀ 'ਤੇ ਲਾ ਦੇਣਾ, 18-18 ਹਜ਼ਾਰ 'ਚ ਵਧੀਆ ਛਿੜੂ ਲਾ ਲਾ ਤੁਸੀਂ। ਦਿਹਾੜੀ 'ਚ ਸੁਣੀ ਤੁਸੀਂ, ਪੜ੍ਹ ਲਿਆ ਕਰੋ ਮੇਰਾ ਪੁੱਤ। ਆਹੋ, ਮਿੱਟੀ 'ਚ ਮਿੱਟੀ ਹੋਣ ਨੂੰ ਮੇਰੇ ਪੁੱਤ, ਤੇ ਤੂੰ ਕਰੇ ਅੱਛਾ। ਓਏ 2.5 ਕਿੱਲਿਆਂ 'ਚੋਂ 1.25 ਕਿੱਲਾ ਮੇਰੇ 'ਚ ਆਉਂਦਾ ਭਾਬੀ, ਤਾਂ ਮੇਰੇ ਬੇਟੇ ਨੂੰ ਆਉਂਦਾ 0.25 ਕਿੱਲਾ ਪਰ ਹੈੱਡ। ਓਏ ਆਪਣੇ ਕੋਲ ਮਿੱਟੀ 'ਚ ਮਿੱਟੀ ਹੋਣ ਨੂੰ ਮਿੱਟੀ ਹੈ ਕਿੱਥੇ? 7 ਮੈਗਾ ਫੀਸੇ ਦੇ ਜ਼ਮੀਨ ਮੇਰੇ ਮੂੰਹ ਨੂੰ ਦਿੰਦਾ। ਮਿੱਟੀ ਮਿੱਟੀ ਮਿੱਟੀ। ਨਾਲੇ ਉਹ ਚਾਚੇ ਤੋਂ ਸਿੱਖ ਲਿਆ ਕਰੋ ਕੁਛ, ਲੱਗੇ PC2 ਵਾਟਰ ਦੇ ਫੜਰ ਦਾਣੇ। ਓਏ ਕਾਂ ਡੋੜ ਜੇ, ਸਾਰਾ ਦਿਨ ਖਾਣ ਤੇ ਖਾਣ ਤੇ ਖਾਣ ਤੇ ਬੈਠੇ ਰਹਿਣ ਦੇ ਨਾ, ਭੁੱਖੇ ਪਾਣੀ ਪਾਣੀ ਫੜਾ ਉੱਥੋਂ। ਓਮਕਾਰ ਗਿੱਲ? ਯੈਸ ਸਰ। ਜਗਜੀਤ ਸਿੰਘ ਆ ਰਿਹਾ ਜੀ। ਤਰਸੇਮ ਸਿੰਘ? ਜ਼ਿੰਦਾਬਾਦ ਜੀ। ਬਲਕਾਰ ਸ਼ਰਮਾ? ਉਹ ਵੀ ਹੈਗਾ ਜੀ। ਉਹ ਬੰਦੇ ਬਣ ਜਾਓ ਬੰਦੇ, ਅੱਜ ਆਪਾਂ ਪੜਾਂਗੇ। ਮਟਰ ਜੀ, ਜਨਾਬ ਜੀ, ਆਪਣਾ H2O ਵਾਟਰ ਹੁੰਦਾ ਜੀ? ਯੈਸ। ਤੈਨੂੰ ਨੀ ਪਤਾ? ਪਰ ਓਬਵੀਅਸਲੀ ਪਤਾ ਜੀ, ਮੇਰੇ ਤਾਂ ਸਮਝਦੀ ਭਤੀਜਾ ਨੂੰ ਵੀ ਪਤਾ ਹੈ। ਸਰ O2H ਵੀ ਵਾਟਰ ਹੁੰਦਾ ਜੀ? O2H ਤੈਨੂੰ ਕਿਹਨੇ ਕਿਹਾ? ਪਾਣੀ 2 ਮੋਲੀਕਿਊਲਸ ਹਾਈਡਰੋਜਨ ਤੇ 1 ਆਕਸੀਜਨ ਨੂੰ ਲੈ ਕੇ ਬਣਦਾ ਹੈ। ਸਰ ਜੀ, ਆਈ ਕਾਂਟ ਅੰਡਰਸਟੈਂਡ। ਦੇਖੋ ਸਰ, ਪੈਕ 'ਚ ਚਾਹੇ ਪਾਣੀ ਵੱਧ ਹੋਵੇ ਚਾਹੇ ਦਾਰੂ ਵੱਧ ਹੋਵੇ, ਹਲਕਾ ਹੋਵੇ ਮੋਟਾ ਹੋਵੇ, ਰਹੂ ਤਾਂ ਪੈਗ ਹੀ ਨਾ ਜੀ। ਕਿਉਂ ਬਈ? ਓਬਵੀਅਸਲੀ ਹੈ ਨਾ। ਹੁਣ ਜੇ ਆਕਸੀਜਨ ਥੋੜ੍ਹੀ ਜਿਹੀ ਵੱਧੂਗੀ, ਪਾਣੀ ਨੂੰ ਕੀ ਤਰ੍ਹਾਂ ਜੀ ਬਣ 'ਚ? ਬਾਹਰ। ਇਹ ਤੁਹਾਡਾ ਆਖਰੀ ਫੈਸਲਾ ਜੀ? ਆਊਟ। ਸਰ ਆਈ ਥਿੰਕ H ਵੀ 2 ਹੋ ਜੇ, ਓ ਵੀ 2 ਹੋ ਜੇ, ਪਾਣੀ ਵਧੀਆ ਬਣੂ ਜੀ। ਫਾਰ ਐਗਜ਼ਾਮਪਲ, ਜਿੰਨਾ ਪਾਣੀ ਓਨੀ ਦਾਰੂ, ਪੈਕ ਵਧੀਆ ਬਣਦਾ ਜੀ। ਸਰ ਆਵਾਰੀ ਹਾਂ ਸਰ, ਤੁਸੀਂ ਥੈਂਕ ਯੂ। ਬਾਹਰ ਆਵੇ ਤੂੰ ਕਿੱਧਰ? ਸਰ ਜੀ, ਸਾਡਾ ਤਾਂ ਜੀ ਸਾਰਾ ਟੱਬਰ ਵੈਸ਼ਨੂੰ ਆਉਂਦਾ ਜੀ, ਅਸੀਂ ਤਾਂ ਲਾਉਂਦੇ ਨਹੀਂ ਜੀ ਪੈਗ, ਮੈਨੂੰ ਜਮਾਂ ਨੌਲੇਜ ਨਹੀਂ ਜੀ ਸ਼ਰਾਬ ਬਾਰੇ।
ਮੈਂ ਤਾਂ ਬਸ ਕਦੇ ਕਦੇ ਭੁਜਿਆ ਤੇ ਸਲਾਦ ਸਲੂਦ ਖਾ ਲੈਂਦਾ। ਸਰ ਜੀ ਆਹ ਮਾੜੀ ਗੱਲ ਹੈ ਜੀ, ਸ਼ਰਾਬ ਵਾਲਿਆਂ ਨੂੰ ਤੁਸੀਂ ਕੁਛ ਕਹਿੰਦੇ ਨਹੀਂ, ਸੋਫੀ ਨੂੰ ਕੁੱਟੀ ਜਾਂਦੇ ਹੋ। ਆਊਟ ਜਮਾ। ਮੇਰੇ ਮਾਮੇ ਕੇ ਪੱਗ ਕੁੱਤੀ ਹੈ, ਬਾਹਲੀ ਕੌੜ ਹੈ। ਕਿਉਂ ਯਾਰ, ਰੇੜੀ ਜਾਂਦਾ ਤਾਂ ਚੂਕਦੀ ਵੀ ਨਹੀਂ ਹੁੰਦੀ। ਉਹ ਨਹੀਂ, ਛੋਟੀ ਹੁੰਦੀ ਨੂੰ ਪਿੱਟ ਬੁੱਲ ਦਾ ਦੁੱਧ ਪਿਆਉਂਦੇ ਹੁੰਦੇ, ਥੋੜੀ ਜਿਹੀ ਵੱਡੀ ਹੋ ਗਈ ਭਰਿੰਡਾ ਮਾਰ ਮਾਰ ਕੇ ਖਵਾਈਆਂ, ਤਾਂ ਇੰਨੀ ਕੌੜ ਹੈ। ਬਾਬੇ 45,000 ਦਾ ਕਤੂਰਾ। 45,000 ਹੋਰ ਆਪਾਂ ਲੈ ਕੇ ਆਉਣਾ, ਇੰਨੇ ਪੈਸੇ ਦੇ ਦਿੱਤਾ ਆ। ਉਹ ਨਹੀਂ, ਨਾਨਕੀ ਸ਼ੱਕ ਨਾ ਲਵਾਂਗੇ, ਕਤੂਰਾ ਲੈ ਲਾਂਗੇ। ਬਾਈ ਕੁਛ ਖਾ ਲਈਏ, ਭੁੱਖ ਲੱਗੀ ਯਾਰ। ਫੜ ਬੱਤੇ ਲਿਆ, ਫੜ ਕੇ ਦੋ। ਬਾਈ ਤਿੰਨ ਬੰਦੇ ਯਾਰ, ਰੁਪਈਏ 20 ਨੇ, ਇੱਕ ਮੇਰਾ ਇੱਕ ਤੁਹਾਡੇ ਦੋਨਾਂ ਦਾ। ਗਲਾਸ ਬਾਬਾ ਕੇ ਪੀ ਲਿਓ। ਕਿਉਂ ਜੀ, ਚਲੋ ਬਾਬੇ ਸੱਚ ਸੋਨਮ ਬਾਜਵਾ ਕਤੂਰਾ ਲਿਆਈ ਨਵਾਂ, ਸਿੰਬਾ ਨਾਂ ਰੱਖਿਆ ਉਹਦਾ। ਇਦੋ ਤਾਂ ਸਿੰਘਮ ਰੱਖ ਲੈਂਦੀ ਯਾਰ, ਤਾਂ ਜ਼ਿਆਦਾ ਕੌੜ ਬਣਦਾ। ਪੰਜਾਬੀ ਵਾਲਾ? ਉਹ ਨਹੀਂ ਯਾਰ, ਦੇਵਗਨ ਹਿੰਦੀ ਵਾਲਾ। ਸਿੰਘ ਲਿਆਂਦੀ ਫੀਡ, ਹੁਣ ਲੱਕ ਦੇਖੀ ਕੁੱਤੇ ਦਾ ਕਿਵੇਂ ਨਿਕਲਦਾ। ਬਾਈ ਮੈਂ ਟਰਾਲੀ ਚੜ੍ਹਦਾ ਯਾਰ। ਨਹੀਂ ਯਾਰ, ਤੇਰੇ ਕੁੱਤੇ ਦੇ ਲੱਕ ਦੇ ਚੱਕਰ 'ਚ ਮੇਰਾ ਲੱਕ ਚੁੱਕੂ ਯਾਰ, ਬਹੁਤ ਔਖਾ ਬੈਠਾ ਬਾਈ। ਬਸ ਚੜ ਜਾ, ਚੜ ਜਾ। ਔਰ ਚੜ ਕਰ ਬਤਾਨਾ, ਇਹ ਕਾਫਲੇ ਮੇਂ ਬੇਸ਼ੁਮਾਰ ਹੀਰੇ ਕਿਤਨੇ ਹੈ। ਚੱਲ ਚੱਲ ਚੜ ਜਾ, ਧਿਆਨ ਨਾਲ ਬਚਾ ਕੇ ਟਾਇਰ ਥੱਲੇ ਨਾ ਜੀ। ਚੰਗਾ ਫਿਰ ਕੱਲ ਨੂੰ ਪੁੱਛੂ ਸਾਰਾ ਕੁਛ। ਨਾ
ਪੈਣਾ ਵੜ ਜਾ ਕਰ ਘਰੇ, ਅਸੀਂ ਪੈਣਾ ਵੀ ਹੁੰਦਾ ਭਾਈ। ਟਾਈਮ ਨਾਲ ਪੈ ਕੇ ਪੰਜ ਵਾਰੀ ਚਾਚਾ ਬਣਾ ਤਾ ਤੁਸੀਂ ਮੈਨੂੰ, ਇਹਦੇ ਨੂੰ ਤਾਂ ਲੇਟ ਹੀ ਪੈ ਜਾ ਕਰੋ ਯਾਰ। 0.25 ਕਿੱਲਾ ਪਰ ਹੈਡ ਜ਼ਮੀਨ ਆਉਂਦੀ ਜਵਾਕਾਂ ਨੂੰ, ਉਹ ਵੀ ਤੁਸੀਂ ਵੰਡਣ ਨੂੰ ਫਿਰਦੇ ਹੋ ਯਾਰ। ਮਾੜਾ ਮੋਟਾ ਪਰਸ ਕਰੋ ਮੇਰੇ ਬੇਟਿਆਂ 'ਤੇ। ਆ ਲੈ ਫਟਾ ਰੋਟੀ। ਭਾਬੀ ਮੈਂ ਨੀ ਖਾਣੀ, ਭੁੱਖ ਨੀਗੀ। ਅੱਜ ਤਾਂ ਮੀਂਹ ਪੈ ਜੂਗਾ, ਜੇ ਤੈਨੂੰ ਭੁੱਖ ਨੀ। ਖਾਤਾ ਸੀ ਕੁਛ ਨੀ, ਗਰਮੀ ਤਾਂ ਨੀ ਪੈ ਗਈ ਕਿਤੇ ਅੰਦਰ? ਕੀ ਵਕਤ ਪਿਆ ਯਾਰ, ਨਾ ਭੁੱਖ ਲੱਗਦੀ ਹੈ ਨਾ ਨੀਂਦ ਆਈ ਜਾਂਦੀ, ਸਿਆਲਾਂ 'ਚ ਗਰਮੀ ਲੱਗੀ ਜਾਂਦੀ ਯਾਰ। ਚਲਦੇ ਹੋਏ ਕਿੰਨਾ ਨੇਰ ਆ ਜਾਂਦਾ ਯਾਰ। ਚੱਲ ਜਿੰਨੇ ਚ ਨੀਂਦ ਨਹੀਂ ਆਉਂਦੀ ਫਿਲਮ ਦੇਖਦੇ ਹਾਂ। ਇੰਨੀਆਂ ਸਮਾਈਲਾਂ, ਹੋਰ ਕੀ ਰਹਿ ਗਿਆ? ਤੇਰਾ ਕੈਨੇਡਾ ਜਾਣਾ ਰਹਿ ਗਿਆ। ਕੋਈ ਨਾ, ਜਿੱਥੇ ਤੂੰ ਉੱਥੇ ਮੇਰਾ ਕੈਨੇਡਾ। ਆਈ ਡਾਇਲੋਗ ਆ ਗੱਲ ਨਾ, ਮੇਰੀ ਅੱਖਾਂ 'ਚ ਅੱਖਾਂ ਪਾ ਕੇ ਕਹਿ। ਇੱਥੋਂ ਨਹੀਂ ਕਿਹਾ ਹੁਣੇ ਯਾਰ, ਮੈਨੂੰ ਕਦੀ ਕਦੀ ਐਂ ਲੱਗਦਾ ਵੀ ਤੂੰ ਕੁੜੀਆਂ ਤੇ ਮੈਂ ਮੁੰਡਾ। ਫਿਰ ਤੂੰ ਕਹਿ ਦੇ ਕੀ ਕਹਿ ਕੇ ਦਿਖਾਵਾਂ ਦੱਸ। ਜੱਫੀ ਪਾਉਣ ਨੂੰ ਜੀ ਕਰਦਾ। ਪਰਖਤਾ ਮੈਂ ਰਾਤੀ ਫਿਲਮ ਵੇਖੀ ਹੋਏ। ਉਹ ਜਾ ਯਾਰ ਚਾਚਾ, ਸੀਡੀ ਪਲੇਅਰ ਤਾਂ ਲਿਆਂਦਾ ਨਹੀਂ, ਫਿਲਮ ਕਾਹਤੇ ਵੇਖ ਲਈ ਗੋਪੀ। ਨਾ ਅੱਖਾਂ ਬੰਦ ਕਰਕੇ ਚੱਲਦੀ ਆ। ਮੈਂ ਕਰਨਾ ਭੁੱਲਰ ਤੇ ਉਹ ਸੋਨੂੰ ਬਾਜਵਾ। ਉਹ ਕੌਣ? ਤੇਰੀ ਚਾਚੀ। ਵਿਗਾੜ ਦੇ ਪੜ ਦੇ ਜੜਾਂ। ਸੱਚੀ ਚੱਲਦੀ ਹੈ? ਅੱਖਾਂ ਬੰਦ ਕਰਕੇ ਦੇਖ ਕਰਖਾ। ਉਹ ਜਾ ਯਾਰ ਚਾਚਾ, ਮੈਂ ਨੀ ਦੇਖਦਾ ਇਹੋ ਜਿਹੀ ਫਿਲਮ, ਤੂੰ ਰਹਿਣ ਦੇ। ਜੀਤ ਕਿੱਥੇ ਆ? ਚੱਲ ਮੇਰੇ ਤੋਂ ਜਾ ਨੀ ਹੋਣਾ, ਮੇਰੇ ਵੱਟ 'ਚ ਪਈ ਜਾਂਦੇ ਆ। ਵੱਟ ਪਈ ਜਾਂਦੇ ਆ? ਉਹ ਕੱਲ ਫਿਰ ਕਾਫਲੇ 'ਚ ਮਿਲਿਆ ਕੋਈ ਮਨੋਰੰਜਨ ਦਾ ਸਾਧਨ ਕਿ ਨਹੀਂ? ਨਾ ਇੱਕ ਵੀ ਨਹੀਂ, ਉਹ ਤਾਏ ਦੇ ਹਾਣ ਦੀ ਸੀ ਯਾਰ ਸਾਰੇ, ਆਪਣੇ ਨਹੀਂ ਮਤਲਬ ਦਾ ਸੀਗਾ ਕੋਈ ਵੀ। ਚੱਲ ਫਿਰ ਮੈਂ ਜਾਣਾ। ਮੈਂ ਤਾਂ ਆਪ ਨੀ ਜਾਂਦਾ ਸਕੂਲ। ਖੜਾ ਹੋ ਕੇ ਝੋਲਾ ਚੱਕ ਲੈ,
ਨਹੀਂ ਤਾਂ ਐਸੀ ਦਵਾਈ ਦਊਂ ਨਾ ਵਹਿੰਦਿਆਂ ਹੀ ਆਰਾਮ ਆਜੂ। ਆਪ ਤਾਂ ਲਹੂ ਆਪਦਾ ਹੀ ਹੁੰਦਾ। ਓਏ ਫੜੋ ਕੀ ਵੇਨਾ ਮੂੰਹ ਤੇ ਲੱਗਿਆ ਕੁਛ? ਦੰਦ ਕਿੰਨੇ ਸੋਹਣੇ ਚੂਹੇ ਅਰਗੇ ਨਿੱਕੇ ਨਿੱਕੇ ਸ਼ੇ ਪੱਲੀ ਸੱਚੀ ਦੰਦੀ ਪਤਾ ਕਿੰਨੀ ਟਕਾ ਕੇ ਵੱਢਦੀਆਂ। ਕੰਨਾਂ ਚੋਂ ਫੇਕ ਨਿਕਲ ਰਿਹਾ ਮਿੱਠਾ ਮਿੱਠਾ ਯਾਰ, ਰੂੰ ਆਪ ਰੂੰ ਚੁੱਕੂਗੀ ਅੱਠਵਾਂ ਚੁੱਪ ਪਈ ਹੈ ਯਾਰ ਸੱਚੀ। ਰੱਬਾ ਬਚਾਈ ਉਭਰੀਆਂ ਬੁਲਾਵਾਂ ਤੋਂ। ਪੰਤਾਲੀ ਮੇਰੀ ਹੈ, ਬਚਿੱਤਰ ਸਿੰਘ ਚ ਲਿਖ ਦਿਓ। ਦੁਬਾਰਾ ਤੋਲੀ ਵਾ ਚੰਗੀ ਤਰ੍ਹਾਂ। ਪਚਵੰਜਾ ਮੈਂ ਹੈਗਾ ਹੈਗਾ ਚੱਕ। ਇਹ ਦੋ ਦੋ ਵਾਰੀ ਚੁਕਾਉਂਦਾ, ਉਹ ਇੱਕ ਵਾਰੀ ਨੀ ਚੱਕਣ ਦਿੰਦਾ, ਕਰਦੇ ਕੀ ਫਿਰਦੇ ਸ਼ੋਰ ਜੇ। ਉਹਨੇ ਨੀ ਪਿੱਛੇ ਹਟਾ ਬਾਈ, ਨਹੀਂ ਯਾਰ ਉਹ ਚੱਕ। ਲੱਗੂਗਾ ਮੈਨੂੰ ਤਾਂ ਲੱਗਦਾ ਆਪੇ ਬਿਜਲੀਆਂ ਲੋਕ ਜਿਹੜੇ ਇਹਦੇ ਲੱਛਣ ਨੇ। ਜਿਹੜੀ ਜ਼ਮੀਨ ਹਿੱਸੇ ਤੇ ਲਈ ਆ ਉਹ ਤਾਂ ਸਾਂਭ ਲਓ, ਆ ਚੋਣੀਆਂ ਨਰਮਾ ਵਿੱਚ ਹੀ ਛੱਡੀ ਜਾਣੀਆਂ। ਓ ਹੈਲੋ ਵਟ ਇਜ਼ ਦਿਸ, ਆ ਕੀ ਕਰੀ ਜਾਂਦੀ ਤੁਸੀਂ? ਆ ਵਿੱਚ ਛੱਡਤਾ ਸਾਰਾ, ਚੰਗੀ ਤਰ੍ਹਾਂ ਨੀ ਚੁਗਾਉਂਦਾ। ਮੈਂ ਵਧੀਆ ਚੁਗਦੀ ਆ। ਸਵਾਹ ਵਧੀਆ ਚੁਗਦੀ ਆ, ਆ ਦਿਖਾਵਾਂ ਤੈਨੂੰ। ਇੱਧਰ 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 ਮਾਲਾ ਉਧਰ।
ਤੂੰ ਦੋ ਇਹ ਕੱਲੀ ਟੂ ਮੱਚ ਵੈਰੀ ਹਾਈ ਹਾਰਟ ਕੰਪੀਟੀਸ਼ਨ ਆਪਣੇ ਲਈ ਤਾਂ ਹੀ ਠੀਕ ਹੈ। ਹੈਲੋ ਡੀਅਰ, ਵੁੱਡ ਯੂ ਹੈਵ ਲੱਸੀ ਲਾਈਕ? ਨਹੀਂ ਆ ਜੂਠੀ ਆ, ਆ ਦੇ ਦੇ। ਆਜੋ ਦਿਖਾ ਕਿੱਥੇ ਆ, ਆਜੋ ਆਜੋ ਆਹ ਦੇਖੋ ਆਹ। ਐ ਮੇਰਾ ਕੀ ਆ ਨਹੀਂ ਆ, ਮੇਰਾ ਉੱਥੇ ਆ। ਤੈਨੂੰ ਪਤਾ ਮੈਂ ਤੇਰਾ ਰੋਜ਼ 15 ਕਿਲੋ ਨਰਮਾ ਵਧਾ ਕੇ ਲਿਖਦਾ। ਕਾਤੋਂ? ਇਸ਼ਕ ਜੱਟ ਦੀ ਪਸੰਦ ਹੈ ਤੂੰ, ਪਿਆਰ ਕਰਦਾ ਮੈਂ ਤੈਨੂੰ। ਕਿਹਾ? ਹਾਏ ਬਾਪੂ, ਬਾਪੂ ਸਾਹਮਣੇ ਰੋਮੈਂਸ ਦੀਆਂ ਗੱਲਾਂ ਕਰ ਨਹੀਂ ਨਾ ਸਕਦੇ। ਉਹ ਦੇਖ, ਇੱਕ ਮੜੀ ਮੇਰਾ ਬਾਪੂ ਤੇ ਇੱਕ ਬੇਬੇ। ਹਾਏ ਕਿਵੇਂ ਪਿਆਰ ਨਾਲ ਗੱਲਾਂ ਕਰੀ ਜਾਂਦੇ ਨੇ, ਇੱਕ ਦੂਜੇ ਨੂੰ ਜੱਫੀ ਪਾਈ ਬੈਠੇ ਆ। ਜੇ ਉਹ ਪਾ ਸਕਦੇ ਆ, ਆਪਾਂ ਕਿਉਂ ਨਹੀਂ? ਮੈਂ ਨਹੀਂ ਕਰਨਾ ਕੋਈ ਪਿਆਰ। ਪਿਓ ਬਿੱਕਰ ਤੋਂ ਵੱਧ ਪਿਆਰ ਕਰਦਾ ਮੈਂ ਤੈਨੂੰ। ਬਿੱਕਰ ਤੇਰਾ ਪਾਪਾ? ਨਹੀਂ, ਕੁੱਤਾ ਮੇਰਾ, ਬਹੁਤ ਪਿਆਰ ਕਰਦਾ ਮੈਂ ਉਹਨੂੰ। ਜਿਵੇਂ ਮੈਂ ਵੱਧ ਲਿਖਦਾ ਨਾ, ਵਿਕਟਰ ਨੂੰ ਪਤਾ ਲੱਗ ਗਿਆ ਤਾਂ ਵੱਢ ਖਾਣ ਨੂੰ ਪਊਗਾ ਉਹ। ਵਿਕਟਰ ਦੂਜਾ ਕੁੱਤਾ? ਨਹੀਂ, ਪਾਪਾ ਮੇਰਾ। ਦਾਦਾ ਮਲੇਸ਼ੀਆ ਗਿਆ ਸੀ ਨਾ, ਤਾਂ ਅੰਗਰੇਜ਼ੀ ਨਾਮ ਰੱਖਿਆ। ਗੱਲ ਸੁਣ, ਹਾਦੇ ਬੈਂਗਲਸ ਮੈਂ ਨਹੀਂ ਲੈਣੀਆਂ ਹੈ। ਹੋਇਆ ਫੜਤਾ ਸਹੀ, ਜੇ ਨਹੀਂ ਲੈਣੀਆਂ ਨਾ ਤੋੜ ਦੇ, ਜਿਵੇਂ ਕੱਚ ਦੀਆਂ ਚੂੜੀਆਂ ਟੁੱਟਣਗੀਆਂ ਨਾ, ਉਵੇਂ ਮੇਰਾ ਦਿਲ ਟੁੱਟੂਗਾ। ਜਾਂ ਫੜ, ਜੇ ਪਿਆਰ ਦੀ ਕਦਰ ਹੀ ਨਹੀਂ ਇਹਨੂੰ। ਕੁਛ ਨਹੀਂ ਕਹਿੰਦਾ, ਤੂੰ ਜਿਵੇਂ ਮਰਜ਼ੀ ਚੋਗਾ, ਮੇਰਾ ਬੇਟੀ ਆ, ਮੈਂ ਕਹਿ ਦੂੰਗਾ ਤੇਰਾ ਵੱਧ ਲਿਖਦਾ ਕਰੂਗਾ। ਵੱਧ ਲਿਖਾਵਤੀ ਬੇਬੇ ਦਾ, ਮੈਂ ਨਾ ਖਰੂਨ ਮਾਰ ਕੇ ਡੇਲੇ ਕੱਢ ਦੇਣੇ ਆ। ਬਈਰ ਵੀਰੇ ਯਾਰ, ਮਛਲੀ ਦੀ ਹਿਸਾਬ ਚ ਕਿਵੇਂ ਕਰੀਦੀ ਹੈ? ਇਹ ਹੈ ਪਰਪੈਂਡੀਕੁਲਰ। ਓਏ ਯਾਰ, ਉਹ ਖੇਤੀਬਾੜੀ ਵਾਲੇ ਸਭ ਦੱਸ ਦੇਣਗੇ ਤੈਨੂੰ। ਉਹ ਫੇੜ ਜੀ ਹੁੰਦੀ ਆ, ਉਹ ਨੋਟ ਕਰਨਾ, ਬਸ ਕਿਲੋ ਕਿੰਨੀ ਮੱਛੀ ਕਰਨੀ ਹੁੰਦੀ ਹੈ। ਇਹ ਤੁਹਾਨੂੰ ਇਸ ਐਕਸਪ੍ਰੈਸ਼ਨ ਨੂੰ ਸਮਝਣ ਚ ਉਹ ਨਹੀਂ ਪੁੱਛਦਾ, ਮੈਂ ਕੁੜੀ ਪੁੱਛਦਾ। ਕੁੜੀ? ਕੁੜੀ ਇੱਥੇ ਮਛਲੀ ਪ੍ਰਤੀਕਾਤਮਕ ਸ਼ਬਦ ਹੈ। ਇਹ ਪੁੱਛ ਰਿਹਾ ਵੀ ਕੁੜੀ ਸੈੱਟ ਕਿਵੇਂ ਕਰੀਦੀ ਹੈ। ਅੱਛਾ, ਉਹ ਸੈੱਟ ਤਾਂ ਮੇਰੇ ਵਰਗੇ ਨਾਲ ਹੁੰਦੀ ਹੁੰਦੀ ਹੈ, ਜਿਹਨੂੰ ਬੱਚੀ ਦੀ ਕੇ ਲਿਆਉਂਦੇ ਹੋ। ਬਈ ਮੁੰਡਾ ਚੰਗਾ ਸੀ, ਕੁੜੀ ਉਹਦੇ ਨਾਲ ਸੈੱਟ ਹੋ। ਵੱਡੇ ਵਰਗੇ ਜਿਨ੍ਹਾਂ ਦੇ ਘਰੇ ਦਾਣੇ ਨਾ ਮਿਲਦੇ ਹੋਣ ਨਾ ਖਾਣ ਨੂੰ, ਕੁੜੀ ਉਹਦੇ ਨਾਲ ਫਸਦੀ ਹੁੰਦੀ। ਲੋਕ ਕਹਿੰਦੇ ਆ ਵੀ ਸਾਡੀ ਕੁੜੀ ਫਸ ਗਈ, ਉੱਥੋਂ ਬਣੀਆਂ ਗੱਲ ਵੀ ਕੁੜੀ ਫਸ ਗਈ। ਮੈਂ ਆਪਣੇ ਆਫਿਸ, ਚਲ ਉਹ ਦੱਸਦੇ ਯਾਰ ਫਸਦੀ ਕਿਵੇਂ ਹੈ। ਦਾਦੀ ਕਾਨਫਰੰਸ ਚੱਲ ਰਹੀ ਹੈ ਬਈ। ਸਰ ਜੀ, ਉਹ ਫੀਮੇਲ ਬਿਹੇਵੀਅਰ ਤੇ ਉਹ ਕਰੈਕਟਰਿਸਟਿਕਸ ਤੇ ਡਿਸਕਸ਼ਨ ਹੋ ਰਿਹਾ ਜੀ, ਗਣਿਤ ਦੀ ਕਲਾਸ ਚ। ਸਰ ਪ੍ਰੋਬੇਬਿਲਿਟੀ ਅਨੁਪਾਤ, ਮਤਲਬ ਕਿੰਨੇ ਪ੍ਰਤੀਸ਼ਤ ਚਾਂਸ ਹੁੰਦੇ ਆ ਜੀ ਗੱਲ ਬਣਨ ਦੇ? ਹਾਂਜੀ ਹਾਂਜੀ। ਕੁੜੀ ਕਿਹੜੀ ਆ? ਬਈ ਯਾਰ ਉਹ ਜਿਹੜੀ ਚੁਣੀ ਚ ਨਹੀਂ ਆਈ, ਜਿਹੜੀ ਸਭ ਤੋਂ ਵੱਧ ਨਰਮਾ ਚੁੱਕਦੀ ਹੈ। ਕਿਹੜੀ? ਉਹ ਨਿੱਕੀ ਜੀ? ਹਾਂ ਹਾਂ ਉਹੀ ਵੀਰੇ। ਉਹ ਕੋਈ ਚੱਜ ਦੀ ਕੁੜੀ ਲੱਭ ਲੈ ਯਾਰ, ਮੂੰਹ ਤੇ ਇੰਨੇ ਦਾਗ ਨੇ ਉਹਦੇ। ਯਾਰ ਉਹ ਮੈਨੂੰ ਘੈਂਟ ਲੱਗਦਾ, ਦਾਗ ਮੈਨੂੰ ਬਹੁਤ ਵਧੀਆ ਲੱਗਦੇ ਯਾਰ, ਵਧੀਆ ਲੱਗਦੇ। ਨਹੀਂ ਉਹਦੀ, ਉਹ ਤਾਂ ਹੋਰ ਉਹਦੀਆਂ ਅੱਖਾਂ ਉਹਦੀਆਂ ਯਾਰ, ਅੱਖਾਂ ਯਾਰ ਬਾਈ ਮੈਨੂੰ ਬਹੁਤ ਵਧੀਆ ਲੱਗਦੀ ਯਾਰ, ਹਰੀਆਂ ਜਾਂ ਪਤਾ ਨੀਲੀਆਂ ਜਾਂ, ਬਾਈ ਯਾਰ ਜਮੀ ਐਸ਼ਵਰੀਆ ਰਾਏ ਲੱਗਦੀ ਯਾਰ। ਮੱਛੀ ਪਾਲਣ ਨੀ ਪੁੱਤ, ਤੈਨੂੰ ਮੈਂ ਦਿਨਾ ਮਗਰ ਮੱਛ ਪਾਲਣ ਖੋਲ ਕੇ। ਫਿਰ ਤੁਸੀਂ ਐਂ ਕਰੋ, ਜਿੱਥੇ ਕੋਈ ਜਾਨਵਰ ਪਿਆਰ ਕਰਦਾ ਦਿਸਿਆ ਨਾ, ਉਹਦੇ ਕੋਲ ਜਾਓ, ਪਿਆਰ ਕਰਦਾ ਦੇਖ ਕੇ ਨਾ ਧਾਗੇ ਨੂੰ 7 ਗੰਢਾਂ ਮਾਰ ਲਓ। ਉਹ ਧਾਗਾ ਜਾ ਕੇ
ਜਿੱਥੇ ਕੁੜੀ ਸੌਂਦੀ ਹੈ ਉਹਦੇ ਪਾਵੇ ਨਾ ਬੰਦ ਹੋ ਬਸ। ਰਾਤ ਨੂੰ ਕੁੜੀ ਸੁੱਤੀ ਸਵੇਰੇ ਫਸ ਕੇ ਉੱਠੂ। ਭਾਈ ਪਤਾ ਕਿਵੇਂ ਲੱਗੂਗਾ ਵੀ ਜਾਨਵਰ ਕਿਤੋਂ ਪਿਆਰ ਕਰਦੇ ਯਾਰ? ਭਾਈ ਯਾਰ ਜਦੋਂ ਕਬੂਤਰ ਕਬੂਤਰੀ ਕੋਲ ਜਾਂਦਾ ਹੈ ਫੰਗ ਜੇ ਨਹੀਂ ਮਾਰਦਾ ਹੁੰਦਾ ਯਾਰ? ਯਾਰ ਝੋਟਾ ਜਦੋਂ ਮੱਝ ਕੋਲ ਜਾਂਦਾ ਹੈ ਆਏ ਜੇ ਨਹੀਂ ਕਰਦਾ ਹੁੰਦਾ? ਸਮਝ ਲੱਗ ਯਾਰ ਮੱਝ ਨਾਲ ਐਵੇਂ ਸਿਰ ਜਿਹਾ ਮਾਰਦਾ ਹੁੰਦਾ ਯਾਰ ਪਤਾ ਲੱਗ। ਹਾਂ 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 ਬਸ ਉਹੀ ਐ ਰੋਲਾ ਹੋ ਜਾਂਦਾ ਬਾਈ। ਮੈਂ ਕਿਹਾ ਬਾਈ ਪੱਕਾ ਪੂਰਾ ਟਾਈਮ ਟੂਣਾ ਇਹ ਹੋ ਗਏ ਪੁੱਠੇ ਪੈਰੀ। ਤੇ ਹੋ ਤਾਂ ਆਪਣਾ ਵਿਚੋਲਾ ਬਣੂ, ਇਸ ਨੇ ਆਪਣੀ ਗੱਲ ਬਣਾਉਣੀ ਹੈ। ਜਾਨਵਰਾਂ ਦਾ ਸਿਸਟਮ ਵਧੀਆ ਹੁੰਦਾ ਨਾ ਫੁੱਲ ਆਜ਼ਾਦੀ ਪਿਆਰ ਕਰਨ ਦੀ। ਆਓ ਦੇਖ ਬਤਕਾ ਜਾ ਸਾਲਾ ਦੋ ਲਈ ਫਿਰਦਾ ਮੋਜਾ ਨਾ। ਵੈਰੀ ਐਡਵਾਂਸ ਬਤਕਾ ਹੋ ਯਾਰ। ਮੈਨੂੰ ਐਂ ਲੱਗਦਾ ਵੀ ਜਦੋਂ ਇਹ ਪ੍ਰਪੋਜ਼ ਕਰਦੇ ਹੋਣਗੇ ਇਹਨਾਂ ਨੂੰ ਛਿੱਤਰ ਤਾਂ ਨਹੀਂ ਪੈਂਦੇ ਹੋਣੇ? ਕਦੇ ਸੁਣਿਆ ਨਹੀਂ ਬਾਈ ਬੱਕਰੇ ਨੇ ਬੱਕਰੀ ਛੇੜਤੀ ਹੋਵੇ ਅਤੇ ਬੱਕਰੀ ਦੇ ਭਾਈਆਂ ਨੇ ਆ ਕੇ ਬੱਕਰਾ ਵੱਢਤਾ ਹੋਵੇ। ਬਟ ਯਾਰ ਐਨੀਮਲਸ ਨੂੰ ਨੋ ਸਮਝ ਆਉਂਦੀ ਹੈ, ਆਪਾਂ ਬਲੜੀ ਹਿਊਮਨ ਤੈਨੂੰ ਪਤਾ ਐਨੀਮਲਸ ਨੇਵਰ ਰੈਪ ਕਲੈਪ ਫਾਰ ਯੂ ਗਾਈਸ। ਹਾਂ ਉਹ ਕਿਵੇਂ ਤਾੜੀਆਂ ਜਿਹੀਆਂ ਮਾਰੀ ਜਾਂਦੇ ਹੋਏ ਬਣਿਆ ਕੰਮ ਨੋਟ ਯੈਟ। ਬਾਈ ਸਿਮੇ ਬਾਈ ਤੁਹਾਡੇ ਵਾਲਾ ਬਿਕਰ ਨਹੀਂ ਕਰਦਾ ਪਿਆਰ ਪਿਊਰ? ਨਾ ਨਾ ਇਹ ਤਾਂ ਬ੍ਰਹਮਚਾਰੀ ਆ, ਇਹ ਨਹੀਂ ਗੰਦੇ ਕੰਮ ਕਰਦਾ। ਅੱਜ ਦਾ ਯੂਥ ਪਤਾ ਨਹੀਂ ਕਿੱਧਰ ਨੂੰ ਜਾ ਰਿਹਾ। ਅੱਛਾ ਪਤਾ ਹੇ ਕੈਮਲ ਪਲੀਜ਼ ਮੇਕ ਲਵ ਪਲੀਜ਼। ਕਾਕਾ ਜੀ ਸਤਿ ਸ਼੍ਰੀ ਅਕਾਲ। ਮੱਥਾ ਟੇਕਦਾ ਤਾਇਆ ਜੀ? ਹਾਂ ਜਬਦਾਰ ਹੈ। ਤਾਈ ਕਿੱਥੇ ਆ ਚਟਨੀ ਘੱਲੀ ਸੀ ਪਾਪੀ? ਹਾਂ ਅੰਦਰ ਹੀ ਆ, ਲੱਗ ਜਾ ਲੱਗ ਜਾ। ਚਾਰ ਲੀਰੇ ਚਾਰ ਰੋਟੀਆਂ ਉਹਦੇ 'ਚ ਇਹਨੂੰ ਮੌਤ ਪੈ ਗਈ। ਐ ਨਹੀਂ ਦਬਾ ਦਬ ਕੰਮ ਕਰਕੇ ਮੰਜੇ ਬਾਹਰ ਕੱਢ ਦਿਆਂ, ਸੱਸ ਤੋਂ ਰੋਜ਼ ਗੁੱਛੜ ਬਣਾਇਆ ਕਰੇਂਗੀ। ਇਹ ਮੰਜੇ ਕਿੱਥੇ ਕੱਢਦੀ ਆ? ਇਹ ਤਾਂ ਜਾਨ ਕੱਢਦੀ ਆ। ਲੈ ਤਾਈ ਮੈਂ ਕੱਢ ਦੇਣਾ ਮੰਜੇ, ਆ ਫੜ ਤੂੰ ਦਬਾ ਦਬ ਕੌਲੀ ਵਿਲੀ ਕਰ ਫੜ। ਕੱਢਦੇ ਇਹਨੂੰ ਮਹਾਰਾਣੀ ਨਾਲ। ਸ਼ਰਮ ਤਾਂ ਨਹੀਂ ਆਉਂਦੇ ਹਾਂ ਨਿਆਣੀਆਂ? ਇਹ ਘੋੜੀ ਆ ਬੈਠਾ ਨੇ ਇਹਦੀਆਂ ਕੰਮ ਕਹਿੰਦਾ ਤਾਂ ਮੌਤ ਪੈ ਜਾਂਦੀ ਹੈ। ਹੈ ਲੈ ਫੜ ਪੁੱਤ ਆਪ ਹੀ ਕੱਢੋ ਇਹ। ਲੈ ਵੀ ਗੱਲ ਬਾਤ ਤਾਂ ਹੈ, ਧਾਗਾ ਬੰਨਦੇ ਮੰਜੇ ਨੇ ਚਿੰਬੜ ਗਈ, ਆਪਣੀ ਵਾਰੀ ਵੀ ਆਈ ਲੈ। ਕੀ ਆ ਦੂਰ ਹੋ ਕੇ ਨਹੀਂ ਖੜੁੰਦਾ? ਲੱਸੀ ਪੀਣ ਵੇਲੇ ਤਾਂ ਬੜੀ ਕੋਲ ਹੋ ਕੇ ਖੜੀ ਸੀ ਮੇਰੇ। ਮੈਂ ਨਾ ਤੇਰੇ ਮੰਜੇ ਦੇ ਪਾਵੇ ਨਾਲ ਨਾ ਧਾਗਾ ਬੰਨ ਕੇ ਆਇਆ। ਤੈਨੂੰ ਪਤਾ ਵੈਰੀ ਪਾਵਰਫੁਲ ਧਾਗਾ, ਵੀ ਵਿਲ ਬੀ ਲਾਈਕ ਦਿਸ ਟਾਈਮ ਲਾਈਕ। ਭਾਈ ਇਹ ਮੈਨੂੰ ਛੇੜ ਹੀ ਜਾਂਦਾ। ਆਈ ਐਮ ਨਾਟ ਦੈਟ ਕਾਈਂਡ ਆਫ ਪਰਸਨ ਸੋਰੀ। ਨਹੀਂ ਇਹ ਤਾਂ ਮੁੰਡਾ ਹੀ ਬਹੁਤ ਚੰਗਾ ਹੈ, ਬੱਗੇ ਦੀ ਮਾਂ ਨੇ ਬੱਗੇ ਹੀ ਜੰਮੇ ਹੈ। ਜੇ ਤੂੰ ਕਿਤੇ ਕੁੜੀ ਹੁੰਦੀ ਨਾ ਜਿੱਦਾਂ ਦਾ ਤੇਰਾ ਗੰਦਲ ਜਿਹਾ ਸਰੀਰ ਹੈ ਤਾਂ ਇੱਥੋਂ ਤਾਂ ਮੁੰਡੇ ਮਰ ਮਰ ਜਾਣੇ ਸੀ। ਮੈਨੂੰ ਲੱਗਦਾ ਇਹਦੇ ਮੰਜੇ ਨਾਲ ਧਾਗਾ ਬੰਨਿਆ। ਉਹ ਤੂੰ ਪਰੇ ਹੱਟ, ਕਿਤੇ ਟਿੰਡਿਆ ਜਾ ਮੇਰੇ ਤੋਂ। ਤੂੰ ਮੈਨੂੰ ਛੱਡ, ਤੂੰ ਆਪਣੀ ਜਵਾਨੀ ਸਾਂਭ, ਕਿਤੇ ਗਿੱਲੀਆਂ ਬੱਟਾਂ ਤੋਂ ਤਿਲਕ ਕੇ ਲੱਕ ਨਾ ਤੜਾ ਲਈ ਵੈਰੀਆ। ਕਿੱਧਰ
ਤੇਰੇ ਲਈ ਫਰੂਟੀ ਟੰਗ ਕੇ ਆਇਆ ਟਾਹਲੀ 'ਤੇ, ਪੀ ਲਈ ਨਾਲੇ ਫਿਸ 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 ਫਿਸ। ਮੈਂ ਨਹੀਂ ਪੀਣੀ, ਮੈਂ ਕਿਹਾ ਨਾ ਮੈਨੂੰ ਕੁਛ ਨਹੀਂ ਚਾਹੀਦਾ। ਤੈਨੂੰ ਕੁਛ ਕੁਛ ਹੁੰਦਾ ਨਹੀਂ ਮੈਨੂੰ ਵੇਖ ਕੇ। ਓਏ ਜਵਾਨੀ ਟਿੰਡੇ ਚੁਗਣ ਨੂੰ ਨਹੀਂ ਹੁੰਦੀ, ਜਵਾਨੀ ਤਾਂ ਪਿਆਰ ਕਰਨ ਨੂੰ ਹੁੰਦੀ ਹੈ। ਕਰ ਲੈ। ਮੈਂ ਨਹੀਂ ਕਰਨਾ ਪਿਆਰ। ਕਿੰਨੀ ਵਾਰੀ ਕਹਿ, ਮੈਂ ਉਹਦੀ ਕੁੜੀ ਨਹੀਂ ਸੀ। ਚੱਲ ਨਹੀਂ ਪੀਣੀ ਤਾਂ ਨਾ ਪੀ, ਮੇਰੇ ਤਾਂ ਪੈਸੇ ਗਏ ਨਾ। ਚੱਲ ਫਿਰ ਫਰੈਂਡ ਹੀ ਬਣ ਜਾ, ਫਰੈਂਡ ਵਿਦ ਬੈਨੀਫਿਟ। ਦੱਸਾਂ ਕੀ ਹੁੰਦਾ। ਸਿੰਮੇ ਥੋੜੀ ਤਾਰੀ ਤੂੰ ਰੋਟੀਆਂ ਲੱਗਦੀਆਂ। ਓਏ ਉਹ ਨਾ ਪੀ, ਓਏ ਕਿਸੇ ਨੇ ਟੂਣਾ ਕੀਤਾ ਹੋਣਾ, ਮਰ ਜਾਏਗਾ। ਛੱਡ ਦੇ ਇਹਨੂੰ, ਲੈ ਫੜਾ ਦੇ ਫੜਾ ਦੇ। ਓਏ ਓਏ ਆ ਦੇਖ ਕੀ ਬਾਬੇ ਇਹ ਵਾਮਿਕਾ ਗੱਬੀ ਤੇ ਆ ਉਹਦੀ ਕੁੱਤੀ ਡਵਰਮੈਨ। ਬਦਾਮ ਖਾਂਦੀ ਆ ਅਗਲੀ ਵਾਮਿਕਾ ਨਹੀਂ ਕੁੱਤੀ, ਇਹਦਾ ਔਖਾ ਜਿਹਾ ਹੀ ਨਾਮ ਵੀਰੇ। ਕਿਤਾਬਾਂ ਅੱਜ ਨਾਇਦਾਰ ਕੀ ਸ਼ਾਇਰੀ ਬਟਾਲੀਆਂ ਲਿਖੀਆਂ ਕਵਿਤਾਵਾਂ। ਆ ਲੈ ਮਨ ਚਾਹੀ ਜਨਾਨੀ ਬੱਸ ਵਿੱਚ ਕਰੋ, ਆ ਤੁਹਾਡੇ ਕੰਮ ਦੀ ਕਿਤਾਬ ਹੈ, ਉਹ ਦੇਖ ਤਾਂ ਲੈ ਪੜ੍ਹ ਕੇ ਮਨ ਚਾਹੀ ਜਨਾਨੀ। ਉਹ ਨਹੀਂ ਯਾਰ, ਵੀ ਡੋਂਟ ਬਿਲੀਵ ਇਨ ਅੰਧਵਿਸ਼ਵਾਸ। ਉਹ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਇਹ ਕਿਤਾਬ ਇਹੋ ਜਿਹੀ ਹੈ ਜਨਾਨੀ ਤੁਹਾਡੇ ਕਿ ਚਿਮਕ ਵਾਂਗੂ ਚਿਮੜੂ ਚਿਮਕ ਵਾਂਗੂ। ਉਹ ਤੇਰੇ ਕੰਮ ਦੀ ਕਿਤਾਬ ਹੈ, ਲੈ ਲੈਣੂ। ਉਹ ਬੇਲਾ ਬੈਠਾ ਲੈ ਲਾ, ਪੜ੍ਹ ਕੇ ਦੇਖੀ ਤੇਰਾ ਸਾਰਾ ਕੰਮ ਹੱਲ ਹੋਜੂ। ਗੁਰਵਿੰਦਰ ਗਿੱਲ ਦੀ ਲਿਖੀ ਹੋਈ ਕਿਤਾਬ ਹੈ, ਬਹੁਤ ਤਕੜਾ ਰਾਈਟਰ ਉਹ। ਉਹ ਲੈ ਲਓ ਯਾਰ, ਇਦਾਂ ਯਾਰ ਥੋੜੀ ਹੁੰਦਾ ਹੁੰਦਾ ਯਾਰ, ਉਹੀ ਛੱਡੀ ਜਾਂਦਾ। ਉਹ ਐਵੇਂ ਕੋਈ ਛੱਡੀ ਨਾ ਲੈ ਲਾ, ਤੇਰੇ ਕੰਮ ਦੀ ਕਿਤਾਬ ਹੈ ਇਹ। ਕੋਈ ਸਿੱਖਿਆ ਵਾਲੀ ਹੈਗੀ? ਕੋਈ ਸਿੱਖਿਆ ਵਾਲੀ ਤੁਸੀਂ ਲੈ ਕੇ ਕੀ ਕਰੋਗੇ ਯਾਰ? ਤੁਸੀਂ ਜਵਾਨ ਬੰਦੇ, ਤੁਹਾਡੇ ਜਵਾਨਾਂ ਦੀ ਪੜ੍ਹਨ ਵਾਲੀ ਕਿਤਾਬ ਹੈ ਇਹ ਯਾਰ। ਉਹ ਤੂੰ ਲੈ ਯਾਰ, ਯਾਰ ਅਸੀਂ ਲੈਣੀ ਯਾਰ, ਨਹੀਂ ਲੈਣੀ ਤੂੰ ਜਾ। ਚੱਲ ਚੱਲ ਤੂੰ ਜਾ ਯਾਰ, ਯਾਰ ਚੰਗਾ ਨਾਮ ਹਨ ਉਹੀ ਯਾਰ। ਇਹ ਸੁਧਾਰੂ ਚੂਨ ਮੇਰੀ, ਕਿੰਨਾ ਪੜ੍ਹਦਾ ਭਰਾ ਮੇਰਾ। ਤੜਕੇ ਮੂੰਹ ਨੇਰੇ 4 ਵਜੇ ਕੱਚੀ ਲੱਸੀ ਨਾਲ ਇਸ਼ਨਾਨ ਕਰਕੇ ਕਬਰਸਤਾਨ ਤੋਂ ਇੱਕ ਮੁੱਠੀ ਰੇਤ ਦੀ ਲੈ ਕੇ ਆਉਣੀ ਹੈ, ਅਤੇ ਜਿਹੜਾ ਬੰਦਾ ਪਹਿਲਾਂ ਮਿਲੂਗਾ ਰਾਹ 'ਚ ਉਸ ਤੋਂ ਮੁੱਠੀ 'ਤੇ ਫੂਕ ਮਰਵਾਉਣੀ ਹੈ, ਅਤੇ ਫਿਰ ਰੇਤ ਮਨ ਚਾਹੀ ਜਨਾਨੀ ਤੋਂ ਵਾਰ ਕੇ ਸਿੱਟ ਦੇਣੀ ਹੈ, ਅਤੇ ਜਨਾਨੀ ਬੱਸ 'ਚ ਹੋ ਜਾਊ। ਗੁੱਡ ਮਾਰਨਿੰਗ। ਕਿੰਨਾ ਸਿਆਣਾ ਮੇਰਾ ਭਰਾ, ਕਿੰਨੀ ਸੁਦੇਹਾ ਉੱਠਦਾ, ਸਾਰੀ ਸਾਰੀ ਰਾਤ ਵਿਚਾਰਾ ਕਿਤਾਬਾਂ ਨਾਲ ਮੱਥਾ ਮਾਰਦਾ ਰਹਿੰਦਾ। ਮੇਰਾ ਸਾਰਾ ਦਿਓ, ਉੱਠੋ, ਕਿਵੇਂ ਸੁੱਤੇ ਮਗਰ ਮੱਛਾਂ ਨੂੰ, ਉੱਠੋ। ਤੂੰ ਆ ਕੌਣ ਹੈ ਓਏ? ਓਏ 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 ਓਏ
ਮਾਰਤਾ ਸੀ ਬਾਈ ਓਏ, ਹਾਰਟ ਅਟੈਕ ਕਰਾ ਕੇ ਮੰਨੋਗੇ? ਤੁਸੀਂ ਇੱਥੇ ਕੀ ਕਰਦੇ ਹੋ? ਆਲਸੋ ਮਿੱਟੀ ਕੀ ਹੈ ਯਾਰ, ਕਿਤਾਬ ਵੀ ਇੱਕ ਲੈ ਲੈਂਦੇ। ਕੌਣ ਸੀ ਓਏ? ਆਪਣੇ ਤਿੰਨਾਂ ਚੋਂ ਹੀ ਹੈ, ਆਪਣੇ ਤਿੰਨਾਂ ਚੋਂ ਹੀ ਕੋਈ ਜਿੱਥੇ ਹੱਥ ਕੱਢੀ ਮਾੜਾ ਹਲੇ। ਯਾਰ ਕਰੀ ਕਿਹੜੇ ਕੰਮ ਦੀ? ਮੇਰੇ ਉਹ ਤਰਲੇ ਵੀ ਕਰੇ ਨਾ, ਮੈਂ ਫਿਰ ਵੀ ਉਹਨੂੰ ਹਾਂ ਨਾ ਕਰਾਂ ਬਾਈ। ਮੈਨੂੰ ਇਹੋ ਜਿਹਾ ਕਿਤੇ ਲੱਗੇ ਨੀ ਯਾਰ, ਮੈਨੂੰ ਅੰਦਰੋਂ ਖੁਸ਼ੀ ਹੁੰਦੀ ਆ ਅੰਦਰੋਂ। ਮੇਰਾ ਜੀ ਕਰਦਾ ਵੀ ਮੈਂ ਹਮੇਸ਼ਾ ਉਹਦੇ ਨਾਲ ਰਹਾਂ। ਹਲੇ ਜਦੋਂ ਮੈਂ ਅੱਖਾਂ ਮਤ ਕਰਦਾ ਨਾ, ਫਿਲਮ ਚੱਲਦੀ ਹੈ ਫਿਲਮ, ਮੈਂ ਐਕਟਰ ਹੁੰਦਾ, ਉਹ ਐਕਟਰ ਨੇ। ਰਾਤ ਹੋ ਚੁੱਕੀ ਪਲਾ, ਮੈਂ ਕਿਹੜੀ ਫਿਲਮ ਦੇਖੀ? ਕਿਹੜੀ? ਰਾਤ ਮੈਂ ਨਮਸਤੇ ਲੰਡਨ ਦੇਖੀ, ਨਮਸਤੇ ਲੰਡਨ ਤੇਰਾ ਭਾਈ ਅਕਸ਼ੇ ਕੁਮਾਰ, ਉਹ ਕਟਰੀਨਾ ਕੈਫ। ਸੱਚੀ? ਹਾਂ ਬਾਬਾ, ਆ ਮਾੜੀ ਜੀ ਫੂਕ ਮਾਰਿਓ। ਕਿਉਂ? ਬਾਬਾ ਜੀ ਮੈਂ ਇੱਕ ਕੁੜੀ ਨੂੰ ਪਸੰਦ ਕਰਦਾ, ਉਹ ਤੋਂ ਹਾਂ ਕਰਾਉਣੀ ਸੀ। ਜਵਾਨਾ ਐਂ ਦੱਸ, ਸਵਾਦ ਆ ਰਿਹਾ? ਸਵਾਦ ਤਾਂ ਬਹੁਤ ਆ ਰਿਹਾ ਬਾਬਾ, ਸਭ ਸੋਹਣਾ ਲੱਗ ਰਿਹਾ ਨਾ। ਹਾਂ ਬਹੁਤ ਸੋਹਣਾ ਲੱਗ ਰਿਹਾ। ਬਸ ਤੇ ਸਵਾਦ ਲੈ, ਤੂੰ ਹਾਂ ਕਰਾ ਕੇ ਕੀ ਲੈਣਾ? ਬਾਬਾ ਮੈਨੂੰ ਤਾਂ ਸਵਾਦ ਵੀ ਨਹੀਂ ਆ ਰਿਹਾ, ਮੇਰੇ ਤਾਂ ਫੂਕ ਮਾਰ ਦੇ। ਤੇਰੇ ਮੈਂ ਮਾਰੂ ਛਿੱਤਰ, ਬੰਦੇ ਬਣ ਜਾਓ। ਫੂਕ ਮਾਰੀ ਨਹੀਂ, ਬੰਦੇ ਬਣ ਜਾਓ। ਤੁਮਾਰੋ ਫੇਰ ਆਉਣਾ ਪਊਗਾ ਛੇਤੀ ਯਾਰ। ਬਾਬਾ ਜੀ ਆ ਮਿੱਠਾ ਮਿੱਠਾ ਸਵਾਦ ਹੀ ਸੱਚਾ। ਜਵਾਨਾ ਹੈ ਦੁਨੀਆ ਇੱਕ ਮੇਲਾ, ਤੇ ਮੇਲੇ ਚੋਂ ਮਿਲਦਾ ਕੁਛ ਨਹੀਂ, ਉਹ ਤੰਤਰਾਂ ਮੰਤਰਾਂ ਨਾਲ ਯਾਰ ਥੋੜੀ ਮਿਲਦੇ ਆ। ਕਹਿੰਦੇ ਜ਼ਹਿਰ ਵੇਖ ਕੇ ਪੀਤਾ ਤੇ ਕੀ ਪੀਤਾ, ਇਸ਼ਕ ਸੋਚ ਕੇ ਕੀਤਾ ਤੇ ਕੀ ਕੀਤਾ, ਦਿਲ ਦੇ ਕੇ ਦਿਲ ਲੈਣ ਦੀ ਆਸ ਰੱਖੀ ਵੇ ਬੁੱਲਿਆ, ਪਿਆਰ ਵੀ ਲਾਲਚ ਨਾਲ ਕੀਤਾ ਤੇ ਕੀ ਕੀਤਾ।
ਕਿਉਂ ਤੰਗ ਕਰਦਾ? ਨਹੀਂ ਕਰਦਾ, ਆ ਮਿੱਟੀ ਮੱਥੇ ਲੱਗਦੀ ਹੈ। ਓਏ ਜੇ ਨਕਚਰ ਤੂੰ ਇੱਥੇ ਹੈ ਉਹ ਨਕਚਰ ਪਿਆਰ ਪਾ ਲਾ, ਮੈਂ ਕਿਹੜਾ ਤੇਰੇ ਪਿੱਛੇ ਪਿੰਡ ਆਉਣ ਲੱਗਿਆ। ਨਰਮੇ ਦੀ ਗੱਲ ਨਰਮੇ 'ਚ ਹੀ ਖਤਮ, ਉਹ ਨਕਚਰ ਪਿਆਰ ਪਾ ਲਾ ਪਲੀਜ। ਇਹ ਪਿਆਰ ਨਹੀਂ ਹੁੰਦਾ, ਹੋਰ ਕਿਹੜਾ ਹੁੰਦਾ। ਨਾਲੇ ਗੱਲ ਸੁਣ, ਜਿਹੜਾ ਟੂਣਾ ਮੈਂ ਤੇਰੇ 'ਤੇ ਕੀਤਾ ਨਾ, ਕਪਾਹ ਦੇ ਫੁੱਲ ਵੀ ਨਾ ਗੁਲਾਬ ਦੇ ਫੁੱਲ ਲੱਗਣ ਲਾ ਦੋ, ਤੇਰਾ ਘੁੱਟ ਕੇ ਜੱਫੀ ਪਾਉਣ ਨੂੰ ਜੀ ਕਰੂ, ਬਸ ਇੱਕ ਦੋ ਦਿਨਾਂ 'ਚ ਆਪਾਂ ਇੱਕ ਹੋਏ ਲੈ। ਮੇਨਾ ਨਾ ਫਾਲਤੂ ਦੀ ਗੱਲ ਨਾ ਕਰ, ਮੈਂ ਤਾਈ ਨੂੰ ਸ਼ਿਕਾਇਤ ਲਾ ਦੂੰ। ਅੱਛਾ ਹੈ ਦਫਾ ਹੋਣੀ, ਤੇਰੇ ਪਿੱਛੇ ਰੋਜ਼ 250 ਦੀ ਢੂਈ ਮਰਾਉਂਦਾ ਰਿਹਾ ਮੈਂ, ਉਹ ਤਾਂ ਨਹੀਂ ਦੱਸਿਆ ਜਾ ਕੇ ਤੂੰ ਤਾਈ ਨੂੰ, ਫਰੂਟੀਆਂ ਚੂੜੀਆਂ ਉਹ ਦੱਸ ਜਾ ਕੇ ਤਾਈ ਨੂੰ। ਮੈਂ ਕੋਈ ਸਮਾਨ ਨਹੀਂ ਲਿਆ, ਨਾ ਹੀ ਕੋਈ ਫਰੂਟੀ ਪੀਤੀ ਹੈ। ਮੇਰੇ ਤਾਂ ਪੈਸੇ ਗਏ ਨਾ, ਮੈਂ ਤਾਂ ਟਾਂਕੇ ਆਉਂਦਾ ਰਿਹਾ। ਗੱਲ ਸੁਣ ਲਾ ਮੇਰੀ, ਜੇ ਤੂੰ ਮੇਰੇ ਨਾਲ ਨਾ ਫਸੀ ਨਾ, ਤਾਂ ਤੇਰੀ ਗੱਲ ਸਾਰੇ ਜਾ ਕੇ ਪਿੰਡ ਨੂੰ ਦੱਸੂ, ਤੇ ਨਾਲੇ ਦੱਸੂ ਤੇਰੀ ਤਾਈ ਨੂੰ। ਲੁੱਟ ਕੇ ਖਾ ਗਈ ਓਏ ਜੱਟ ਨੂੰ, ਹੁਣ ਮੁੱਕਰਦੀ ਹੈ। ਗੱਲ ਸੁਣ ਲਾ ਮੇਰੀ, ਇੰਨਾ ਟਾਈਮ ਕਿਸੇ ਨੇ ਲਾਇਆ ਨਹੀਂ, ਤੂੰ ਵੱਡੀ ਮਜਾਜਣ ਬਣੀ ਫਿਰਦੀ, ਸਿੱਧੀ ਹੋ ਕੇ ਲੈਣ 'ਤੇ ਆ ਜਾ, ਨਹੀਂ ਫਿਰ ਮੈਨੂੰ ਦੂਜੀ ਲੈਣ ਖਿੱਚਣੀ ਪਊ। ਆ ਜਾ ਕੁੜੇ ਉੱਥੋਂ ਲੈ ਆਈ ਚੱਕ ਕੇ। ਚੰਗਾ ਤਾਈ, ਚੰਗਾ। ਆ ਜਾ ਕੁੜੇ ਛੇਤੀ ਛੇਤੀ ਆ ਜਾ, ਚੱਕ ਕੇ ਸਾਰਾ ਕੁਛ ਰੱਖ ਦੀ ਫਿਰ ਉੱਥੇ ਹੀ, ਬਹੁਤਾ ਇੱਕ ਵੇਲਾ ਹੋ ਗਿਆ। ਜਵਾਨੀ ਵੇਲੇ ਤਾਂ ਇਹਨੇ ਕਦੇ ਮੇਰੀ ਹਾਰ ਨਹੀਂ ਲਈ, ਹੁਣ ਇਹਨੂੰ ਬਾਲਾ ਹੀ ਮੋਹ ਜਾਗ ਗਿਆ, ਕੱਪੜੇ ਭਾਂਡੇ ਸਭ ਕੁਛ ਧੋ ਕੇ ਰੱਖਤਾ ਕੁੜੇ। ਕੁਝ ਨੀ, ਉਹ ਭੁੰਡੀਆਂ ਕੱਢਦਾ ਸੀ। ਅੱਛਾ, ਜਿਹਦਾ ਜਿੱਥੋਂ ਚੱਕਿਆ ਵਾਪਸ ਰੱਖ। ਕੀ ਬਸ ਇੰਨਾ ਹੀ ਸੀ। ਕਦੋਂ ਤੋਂ ਚੱਲਦਾ ਹੈ ਸਭ? ਪਹਿਲੇ ਦਿਨ ਤੋਂ। ਆਪ ਤਾਂ ਚੋਰ ਹੈਗੇ, ਨਾਲੇ ਮੈਨੂੰ ਵੀ ਚੋਰ ਨਹੀਂ ਕਵਾਏਗਾ। ਚੋਰ ਨੀਗਾ ਮੈਂ? ਕੀ ਹੈ ਫਿਰ? ਜਿਹੜਾ ਚੋਰੀ ਕਰਦਾ ਉਹਨੂੰ ਚੋਰ ਹੀ ਕਹਿੰਦੇ ਆ, ਦੱਸਾਂ ਸਭ ਨੂੰ? ਨਹੀਂ 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 ਨਹੀਂ, ਮੈਂ ਚੋਰ ਹੀ ਹਾਂ। ਪੁੰਡੀਆਂ ਪਾਉਂਦਾ ਸੀ। Thank you.
ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਹੈ ਜੀ? ਗੁਪਤਦਾਨ ਹੈ ਬਾਈ। ਚੰਗਾ ਜੀ, ਆ ਜਾਓ ਜੀ, ਆ ਜਾਓ ਠੰਡੇ ਮਿੱਠੇ ਜਲ ਜੀ ਸਰੀਰ। ਗੁਪਤਦਾਨ ਕਿਉਂ? ਆਪਾਂ ਨਾਮ ਬੁਲਾਉਣਾ ਸੀ ਸਪੀਕਰ 'ਚ। ਪੁੱਤੇ ਨਾਮ ਬੁਲਾ ਕੇ ਕੀ ਕਰਨਾ ਹੈ ਆਪਾਂ? ਆਪਾਂ ਆਪਣੀ ਖੁਸ਼ੀ ਲਈ ਦਾਨ ਕੀਤਾ, ਕਿਸੇ ਨੂੰ ਜਤਾਉਣਾ ਥੋੜ੍ਹੀ ਹੈ। ਜੇ ਬਦਲੇ ਦੇ ਵਿੱਚ ਵਾਹ ਵਾਹੀ ਚਾਹੀਦੀ ਹੈ ਫਿਰ ਆਪਣਾ ਕਾਹਦਾ ਪਿਆਰ? ਫਿਰ ਤਾਂ ਸੌਦਾ ਹੈ ਨਾ। ਪਿਆਰ ਕਰੋ ਤਾਂ ਰੱਬ ਵਰਗਾ, ਜਿਹੜਾ ਆਪਣੇ ਲਈ ਸਭ ਕੁਛ ਕਰਦਾ, ਨਾ ਕਦੇ ਆਪਾਂ ਨੂੰ ਜਤਾਉਂਦਾ ਤੇ ਨਾ ਹੀ ਸਾਡੇ ਤੋਂ ਕਦੇ ਕੋਈ ਉਮੀਦ ਰੱਖਦਾ। ਸਤਵੰਜਾ ਠੀਕ ਦਾ ਬਾਈ ਸਾਡੇ ਚ ਲਿਖ ਦੇ। ਤੂੰ ਮੇਰਾ ਕੱਟ ਲਿਖਦਾ, ਮੇਰਾ ਵੱਧ ਹੈ। ਦੁਬਾਰਾ ਤੋਲ ਲੋ ਬਾਈ, ਚੰਗੀ ਤਰ੍ਹਾਂ ਤੋਲ। ਸੱਠ ਨਾ ਹੋਰ ਵੱਧ ਕਿੰਨੇ? ਦੇਖੀ ਮੇਰਾ ਕਿੰਨਾ? ਚੱਕ ਯਾਰ, ਤੇਰਾ ਤਾਂ ਘੱਟ ਹੈ, ਇਹ ਪਹਿਲਾਂ ਵਧਾ ਕੇ ਲਿਖੀ ਜਾਂਦਾ। 45 ਕਿਲੋ ਹੈ ਤੇਰਾ, ਆ ਕੇ ਦੇਖ ਲਾ ਭਲਾ। ਓ ਮੇਰੀ ਗਲਤੀ, 45 ਵੀ ਹੈ। ਚੰਗੀ ਤਰ੍ਹਾਂ ਤੋਲ ਲਿਆ ਕਰੋ ਯਾਰ। ਹਾਏ ਮੈਂ ਤਾਂ ਕਾਟਾ ਖਾ ਲਿਆ। ਪਾਗਲ ਹੀ ਆ ਤੂੰ, ਅੱਜ ਫਰੂਟੀਆਂ ਚੂੜੀਆਂ ਫਿਸ ਫਿਸ ਤੈਨੂੰ ਮੇਰੇ ਵੱਲੋਂ। ਸਿਮੇ ਤੁਹਾਡੇ ਡਾਕਟਰ ਨੂੰ ਫਰੂਟੀਆਂ ਲੱਗਦੀਆਂ ਓਏ। Stupid kid. What is this? ਆਪ ਵਾਲੀ ਮੇਰੀ ਨੀ? ਤੂੰ ਮੇਰੇ ਲਈ ਇੰਨਾ ਕੁਝ ਕਰਦਾ, ਤੈਨੂੰ ਬਦਲੇ ਚ ਕੁਝ ਨੀ ਚਾਹੀਦਾ। ਮੈਂ ਕੀ ਕਰਦਾ? ਮੈਂ ਤੇ ਕੁਝ ਵੀ ਨੀ ਕਰਦਾ। ਸਭ ਪਤਾ ਮੈਨੂੰ ਕੀ ਕੁਝ ਕਰਦਾ। ਚੋਰੀ ਕਰਕੇ ਨਰਮਾ ਤੂੰ ਮੇਰਾ ਵਧਾ ਦਿੰਦਾ। ਆ ਜਿਹੜੇ ਰੋਜ਼ ਮੈਨੂੰ ਸੋਹਣੇ ਸੋਹਣੇ ਚਿੱਬੜ ਲੱਭਦੇ ਆ, ਉਹ ਵੀ ਤੂੰ ਪਾਲ ਕੇ ਸਿੱਟਦਾ ਮੇਰੇ ਅੱਗੇ। ਪੱਲੀ ਮੇਰੀ ਤੂੰ ਸਾਂਭ ਸਾਂਭ ਰੱਖਦਾ, ਮੇਰੇ ਘਰ ਦੇ ਸਾਰੇ ਕੰਮ ਵੀ ਮੁਕਾ ਦੇਣਾ ਚੋਰੀ ਚੋਰੀ। ਉਹ ਕਿਹੜੇ ਕੰਮ? ਉਹ ਤੈਨੂੰ ਭੁਲੇਖਾ ਲੱਗਿਆ ਹੋਣਾ, ਬਾਦ ਡੱਕਾ ਤੋੜ ਕੇ ਰਾਜੀ ਨੀ। ਤੁਹਾਡੇ ਪੈ ਕੇ ਰੋਜ਼ ਧੁੱਪੇ ਛੱਡਾ ਮੈਂ, ਉਹ ਤਾਂ ਥਾਵੇਂ ਕਰ ਦਿਆ ਕਰ। ਕੱਲ ਤੋਂ ਕਰ ਦੂੰਗਾ। ਮੈਨੂੰ ਨਾ ਆਪ ਵਧੀਆ ਲੱਗਦੇ ਸਾਰੇ ਕੰਮ ਕਰਨੇ, ਅੰਦਰੋਂ ਖੁਸ਼ੀ ਹੁੰਦੀ ਮੈਨੂੰ, ਤੇਰੇ ਕਰਕੇ ਥੋੜੀ ਕਰਦਾ ਮੈਂ। ਤੈਨੂੰ ਸੱਚੀ ਮੇਰੇ ਤੋਂ ਕੁਝ ਨੀ ਚਾਹੀਦਾ? ਮੈਨੂੰ ਤਾਂ ਸਵਾਦ ਹੀ ਬਹੁਤ ਆ ਰਿਹਾ। ਨਾਲੇ ਤੂੰ ਇੱਥੇ ਕੀ ਲੈਣੇ ਸੀ? ਮੈਂ ਡੱਬੀ। ਮੈਂ ਕਿਹੜਾ ਪੀੜੀਆ ਪੀਨਾ, ਕੁਤਾ ਨੀ ਸ਼ਰਾਬ ਸ਼ਰਾਬ ਵੀ ਨੀ ਪੀਂਦਾ।
ਚੰਗੀ ਗੱਲ ਹੈ। ਮੈਂ ਥੋੜੀ ਨਮਾਜ਼ ਵਾਲੀ ਅੰਮੀ ਫੌਜੀ ਪਸੰਦ ਕਰਕੇ ਗਿਆ ਸੀ ਸੁਪਨੇ ਜਾ ਕੇ ਗੁਪਤ ਦਾਨ ਵਰਗਾ ਮੁੰਡਾ ਸੱਚੀ ਰਜਾਈ ਥੱਲੇ ਸੁੱਟੀ ਹੈ ਨੀ ਬੱਕਰਾ ਖਾਤਾ ਤੂੰ ਜੇ ਠੰਡ ਲੱਗ ਗਈ ਨਾ ਫਿਰ ਪਈ ਰਹੀ ਜੀਭ ਕੱਢ ਕੇ ਅੱਛਾ ਦੇਖੋ ਇਹਦੇ ਆਖਰ ਆਈ ਹੈ ਇਹਨੂੰ ਖੇਖਣ ਕਰਦੀ ਹੈ ਬੱਚਿਆ ਕਿਆਰਾ ਕਰਨਾ ਪਹਿਲਾਂ ਠੀਕ ਆ ਲਿਆ ਕੀ ਗੱਲ ਬੜੀਆਂ ਦੰਦੀਆਂ ਨਿਕਲਦੀਆਂ ਤੁਸੀਂ ਸੋਹਣਾ ਤਰ੍ਹਾਂ ਮੇਰੀ ਅੰਮੀ ਦਾ ਹੈ ਮਾਂ ਮੁਸਲਮਾਨ ਸੀ ਪਿਓ ਸਰਦਾਰ ਦੋਵਾਂ ਦੀ ਸਾਂਝੀ ਮੈਂ ਕੀ ਗੱਲ ਕੋਈ ਗੱਲ ਆਈ ਮਨ ਚ ਮੇਰੀ ਅੱਧੀ ਮੁਸਲਮਾਨ ਹੁਣ ਤੇ ਦੁਨੀਆ ਬਹੁਤ ਗੱਲਾਂ ਕਰਦੀ ਹੈ ਡਰ ਨਾ ਆਦਤ ਆ ਮੈਨੂੰ ਬੋਲ ਵੀ ਸਾਡਾ ਪਿੰਡ ਮੁਸਲਮਾਨਾਂ ਦਾ ਸੀ ਸੰਤਾਲੀ ਦੀ ਵੰਡ ਵੇਲੇ ਉਹਨਾਂ ਨੇ ਜਾਣ ਲੱਗੇ ਕਿਹਾ ਸੀ ਵੀ ਸਰਦਾਰ ਸਾਡੀਆਂ ਮੁਸੀਬਤਾਂ ਨਾ ਢਾਇਓ ਅਤੇ ਸਾਡੇ ਪਿੰਡ ਨੇ ਗੁਰਦੁਆਰਾ ਨਹੀਂ ਬਣਾਇਆ ਮੁਸੀਬਤ 'ਚ ਲਿਆ ਕੇ ਆਪਣਾ ਬਾਬਾ ਰੱਖ ਲਿਆ ਦੋਨਾਂ ਦਾ ਸਾਂਝਾ ਜਿਹਾ ਰੱਬ ਮੈਂ ਤੈਨੂੰ ਦੇਖ ਲਿਆ ਕਰਾਂ ਜਦੋਂ ਨਾ ਭੋਲੂ ਨਾ ਬਣ ਉਹ ਜਿਵੇਂ ਤੂੰ ਮੈਨੂੰ ਵੇਖਦਾ ਨਹੀਂ ਨਹੀਂ ਤੇਰੀ ਮਰਜ਼ੀ ਨਾਲ ਤੈਨੂੰ ਦੇਖਣ ਦੀ ਗੱਲ ਹੋਰ ਆ ਲਓ ਜੀ ਚੰਗਾ ਪੁੱਤ ਚੰਗਾ ਜੀ ਲੈ ਬਈ 10,400 ਬਣ ਗਏ ਤੇਰੇ ਜਿੰਨੇ ਵੱਧ ਲਿਖਦਾ ਸੀ ਉਹ ਕੱਟ ਲਾ ਕਿਉਂ ਮੈਂ ਤਾਂ ਪੂਰੇ ਦਊਂਗਾ ਗੁੱਸੇ ਆ ਤੂੰ ਮੇਰੇ ਨਾਲ ਸੋਰੀ ਮੈਨੂੰ ਪਤਾ ਤੂੰ ਜਿਤਨਾ ਪਿਆਰ ਕਰਦੀ ਆ ਮੇਰੇ ਨਾਲ ਵੀ ਕਰ ਲੈ ਥੋੜਾ ਜਿਹਾ ਤਾਇਆ ਜੀ ਹੈ ਕਮਲੀ ਲੋਕਾਂ ਨਾਲ ਹਾਸੇ ਠੱਠੇ ਮੇਰੇ ਵਾਲੀ ਸੱਪ ਡੱਸੇ ਨਾਲੇ ਕੀ ਜਾਣਦੀ ਹੈ ਤੂੰ ਜੀਤ ਬਾਰੇ ਹੈ ਉਹਨੂੰ ਪੁੱਛ ਉਹਦਾ ਪਿਓ ਕਿੱਥੇ ਹੈ ਉਹ ਜ਼ਮੀਨ ਵੇਚ ਕੇ ਵਿਹਲਾ ਇਹੋ ਜਿਹੇ ਕੰਮਾਂ ਜੋਗਾ ਝੁੱਗੀ 'ਚ 2.5 ਕਿੱਲੇ ਤੇ ਪ੍ਰੀਤਾ ਤਾਜ ਮਹਿਲ ਦੀਆਂ ਉਹ ਨੰਗਾਂ ਦੇ ਨੰਗ ਪਰਾਉਣੇ
ਭੁੱਖੀ ਮਰੇਗੀ ਤੂੰ ਉੱਥੇ। ਉਹ ਹੋਰ ਤਾਂ ਹੋਰ, ਰੋਟੀ ਬਿਨਾ ਤਾਂ ਇਹ ਵੀ ਕਹਿਣਾ ਨੀ ਮੰਨਦਾ। ਚੱਲ ਮੈਨੂੰ ਕੀ ਭਾਈ, ਫੜ, ਮੈਂ ਤਾਂ ਤੇਰਾ ਭਲਾ ਹੀ ਸੋਚਦਾ ਸੀ। ਓ ਹੈਲੋ, ਤੂੰ ਲੈ ਲਾ। ਮੇਰੀ ਹੋ ਗਈ ਬਾਈ ਨਾਲ ਗੱਲ, ਮੈਂ ਨਾਲ ਜਾਊਂਗਾ ਛੱਡਣ। ਆਹ ਕੱਟ ਕੇ ਸਕਾਲੀ ਸਾਰਾ ਸਾਲ ਚੱਲਣਗੇ। ਤੇਰੇ ਪਾਪਾ ਕਿੱਥੇ ਆ? ਹੈ ਨਹੀਂ, ਗੁਜ਼ਰ ਗਏ ਸੀ। ਕਿਵੇਂ? ਹੈ ਨਹੀਂ। ਤਰਸੇਨ ਤਾਂ ਕਹਿੰਦਾ ਉਹਨਾਂ ਨੇ ਇਸੇ ਮਹੀਨੇ ਤੇ ਲਟਕ ਕੇ ਆਤਮ ਹੱਤਿਆ ਕੀਤੀ ਸੀ। ਤੈਨੂੰ ਲੱਗਦਾ ਕੋਈ ਕਿਸਾਨ ਕਰਜ਼ੇ ਕਰਕੇ ਮਰਦਾ? ਉਹ ਮਰਦਾ ਆਪਣੀ ਜ਼ਮੀਨ ਵਿਕਣ ਦੇ ਡਰ ਤੋਂ। ਇਸ ਖੇਤ 'ਚ ਤੇਰੇ ਬਾਪੂ ਨੇ ਜਾਨ ਦਿੱਤੀ ਹੈ ਜੀਤ। ਤੇਰਾ ਜੀ ਨਹੀਂ ਕਰਦਾ ਵੀ ਇਹ ਮਿੱਟੀ ਤਾਂ ਤੇਰੀ ਹੋਵੇ? ਮੇਰੇ ਭਤੀਜੇ ਵੱਧ ਹੁਸ਼ਿਆਰ ਆ। ਨਾਲੇ ਯਾਰ ਮੈਨੂੰ ਤਾਂ ਨੀਂਦ ਆਉਣ ਲੱਗ ਪੈਂਦੀ ਕਿਤਾਬ ਖੋਲਦੇ ਸਾਰੀ। ਨਾਲੇ ਨੌਕਰੀਆਂ ਕਿਹੜਾ ਧਰੀਆਂ ਪਈਆਂ, ਸਾਰੇ ਸਿਫਾਰਸ਼ੀ ਭਰਤੀ ਹੁੰਦੇ ਆ ਉੱਥੇ। ਜਿਹੜੀਆਂ ਵੱਜਦੀਆਂ ਖੁੱਜਦੀਆਂ ਉੱਥੇ ਪੈਸੇ ਚੱਲਦੇ ਆ। ਜਿਹੜਾ ਆਪਦਿਆਂ ਦਾ ਨਹੀਂ ਸੋਚ ਸਕਦਾ ਉਹ ਮੇਰਾ ਕੀ ਸੋਚੂਗਾ? ਯਾਰ ਨੌਕਰੀ ਥੋੜ੍ਹਾ ਹੁੰਦੀ ਸਾਰਾ ਕੁਛ। ਮੈਂ ਮੱਛੀ ਪਾਲਣ ਖੋਲ ਲੈਣਾ ਸੀ ਮੈਨੂੰ ਕਹਿ ਕੇ। ਨਾਲੇ ਉਂਝ ਬੜੀ ਤੂੰ ਰਾਜਿਆਂ ਦੇ ਘਰਾਣੇ 'ਚੋਂ ਆ, ਇਹਦੇ ਨਾਲ ਤਾਂ ਸੁਖੀ ਰੱਖੂੰਗਾ ਤੈਨੂੰ। ਗੱਲ ਸੁਖੀ ਰੱਖਣ ਦੀ ਹੈ ਹੀ ਨਹੀਂ, ਤੂੰ ਇਹ ਜ਼ਮੀਨ ਕਿਉਂ ਨਹੀਂ ਖਰੀਦ ਸਕਦਾ? ਛੋਟਾ ਕਿਉਂ ਸੋਚਦਾ? ਯਾਰ ਤੂੰ ਸਿੱਧਾ ਕਿਉਂ ਨਹੀਂ ਕਹਿੰਦੀ ਵੀ ਤੈਨੂੰ ਅਮੀਰੀ ਚਾਹੀਦੀ ਹੈ? ਫਿਰ ਤਾਂ ਸਿਮਾ ਠੀਕ ਸੀ ਤੇਰੇ ਲਈ, ਉਹ ਜਾਣ ਜਾਣ ਕੇ ਤੇਰੇ ਲਈ ਨਰਮਾ ਵੱਧ ਲਿਖਦਾ ਰਿਹਾ। ਉਹ ਤਾਂ ਆਪਦੇ ਮਤਲਬ ਦੀ ਵਾਰੀ ਇੱਕ ਵਾਰ ਨਹੀਂ ਬੋਲੀ ਵੀ ਉਹ ਗਲਤ ਆ। ਪੂਰੀ ਧਰਤੀ 'ਤੇ ਨਾ ਇੱਕ ਤੂੰ ਹੀ ਹੋ ਸੀ ਜਿਹਨੂੰ ਮੈਂ ਦਿਲੋਂ ਆਪਦਾ ਮੰਨਿਆ। ਨਹੀਂ ਤਾਂ ਮਤਲਬ ਹੀ ਤਾਂ ਮੈਂ ਇੰਨੀ ਆ ਨਾ ਕਿ ਜੇ ਅੱਜ ਵੀ ਮੇਰਾ ਬਾਪੂ ਮੁੜ ਕੇ ਆ ਜਾਏ ਨਾ ਤੇਰੇ ਵਰਗੇ ਮੈਂ ਹਜ਼ਾਰੋਂ ਮੁੰਡੇ ਛੱਡਦਾ। ਮਾਪਿਆਂ ਤੋਂ ਵੱਧ ਕੇ ਕੁਝ ਨਹੀਂ ਹੁੰਦਾ।
ਪਹਿਲਾਂ ਪੜ੍ਹਾਈ ਕਰਕੇ ਕੁਛ ਬਣਾ, ਪੈਸੇ ਕਮਾਵਾਂ, ਫਿਰ ਤੇਰੇ ਕੋਲ ਆਵਾਂ। ਇਹ ਤਾਂ ਗੱਲ ਹੀ ਬਹੁਤ ਵੱਡੀ ਹੋ ਗਈ। ਨਹੀਂ ਜੀ, ਜੇ ਸਮਝੇ ਤਾਂ ਮੇਰਾ ਬਾਪੂ ਗਵਾਚਿਆ, ਤੁਸੀਂ ਆਪ ਗਵਾਇਆ, ਗੱਲ ਇੰਨੀ ਕਾ। ਕਿਲੋ ਗਾਟ ਪੱਲੀ ਦੀ ਬੱਤੀ।
ਹੋਰ ਬਚੇਤਰ ਠੀਕ ਹੈ ਤਾਈ? ਉਹ ਭਾਈ ਕਾਹਨੂੰ, ਉਹਨੇ ਤਾਂ ਗਿੱਟੇ ਚ ਸੂਲ ਮਰਵਾ ਲਈ, ਪੱਕਿਆ ਪਿਆ। ਅੱਛਾ ਦੇ ਉਹ ਐਤਕੀ ਤੁਹਾਡਾ ਦੂਜਾ ਮੁੰਡਾ ਨੀ ਦਿਸਦਾ, ਕੁੜੇ ਕੀ ਨਾਂ ਹੈ ਉਹਦਾ? ਮੈਂ ਤਾਂ ਨਾਂ ਹੀ ਭੁੱਲ। ਜੀਤ? ਆਹੋ ਆਹੋ ਜੀਤ। ਉਹ ਤਾਂ ਆਪ ਹੋਸਟਲ ਗਿਆ ਪੜ੍ਹਨ, ਪਿਛਲੇ ਵਾਰੀ ਚੰਗੇ ਨੰਬਰ ਲੈ ਗਿਆ ਸੀ। ਐਤਕੀ ਕਹਿੰਦਾ ਬਾਈ ਪੰਦਰਵੀਂ ਹੈ, ਕੋਈ ਚੱਜ ਨਾਲ ਪੜ੍ਹ ਲਈਏ। ਮਹਾਂ ਚੰਗਾ ਹੈ ਮਿੱਤਰਾ, ਜੇ ਚਾਰ ਅੱਖਰ ਢਿੱਡ ਚ ਪਾ ਲੇਗਾ, ਨਹੀਂ ਇੱਥੇ ਆ ਕੇ ਮਿੱਟੀ ਨਾਲ ਮਿੱਟੀ ਦਾ ਹੋਣਾ ਹੀ ਹੈ ਖੇਤਾਂ। ਭੁੱਲ ਗਈ ਘੋੜੀ? ਕਰਤਾ ਲੈਣ ਦੇ ਯਾਰ, ਦਿਖਾ ਕੇ ਫਾਈਟ ਕਰਕੇ ਲਿਖ ਲਾ। ਕੁਛ ਨਹੀਂ ਲਿਖ ਰਿਹਾ ਯਾਰ। ਤੂੰ ਇੱਕ ਕੰਮ ਕਰ, ਲਿਖ ਕੇ ਮੈਨੂੰ ਸ਼ੀਟ ਫੜਾ ਦੇ। ਕਿੱਥੇ ਤੇਰੀ? ਸਰ ਜੀ ਮੇਰੀ ਕੋਈ ਗਲਤੀ ਨਹੀਂ, ਉਹ ਲੈ ਕੇ ਗਏ ਚੱਕ ਕੇ। ਸਰ ਜੀ ਵੇਖੋ, ਮਿੰਟ ਵਾਲੀ ਗੱਲ ਹੈ ਸਰ, ਜ਼ਿੰਦਗੀ ਖਰਾਬ ਹੋ ਜੂਗੀ ਪੇਪਰ ਕਰ ਲੈਣ ਤੋਂ। ਪਲੀਜ਼ ਸਰ, ਸਰ ਜੀ ਫਿਊਚਰ ਖਰਾਬ ਹੋ ਜੂਗਾ ਪੇਪਰ। ਸਰ ਜੀ ਕਰ ਲੈਣ ਦੋ ਜੀ ਪੇਪਰ। ਸਰ ਜੀ ਮੈਨੂੰ ਛੱਡ ਦਿਓ, ਮੈਨੂੰ ਕਰਨ ਦਿਓ। ਵੇਖੀ ਕਿਵੇਂ ਕੁੜੀਆਂ ਵਾਂਗੂ ਰੋ ਰਿਹਾ ਸੀ ਤੂੰ ਉੱਥੇ। ਪੜਾਕੂ ਇਹਨੇ ਚੰਦਰੇ ਕਿਉਂ ਹੁੰਦੇ ਆ? ਹੈ, ਇਹਨਾਂ ਦੀ ਜਾਨ ਨਿਕਲਦੀ ਹੈ ਕਿਸੇ ਦਾ ਪਲਾ ਹੋ ਜੇ ਤੇ। ਅੱਛਾ ਭੈਣੇ, ਇਹਦੇ ਕਿਹੜਾ ਨੰਬਰ ਜੁੜਨੇ ਆ? ਅੱਛਾ ਮੈਨੂੰ ਦੱਸ ਰਿਹਾ, ਜੇ ਨੰਬਰ ਨਹੀਂ ਜੁੜਨੇ ਤਾਂ ਉੱਥੇ ਕਿਉਂ ਮਰੀ ਜਾਂਦਾ ਸੀ? ਐਵੇਂ ਪ੍ਰੈਕਟਿਸ ਹੋ ਜਾਂਦੀ ਆ। ਸੁਆ ਕੁੱਤਿਆਂ ਦੀ। ਸਰ ਛੱਡ ਦੋ ਨਾ। ਬ੍ਰਿੰਸ ਦੋ ਠੰਡੇ। ਮੈਂ ਨਹੀਂ ਪੀਣਾ ਯਾਰ। ਤੂੰ ਪੈਸੇ ਦੇਣੇ ਆ, ਮੁਫਤ ਦੀ ਪੀਤੀ ਨਹੀਂ ਜਾਂਦੀ। ਤੂੰ ਸ਼ਾਹੂਕਾਰ ਹੈ, ਤੇਰਾ ਵੀ ਬਰਥਡੇ ਆਉਣੇ ਵਾਲਾ ਨਾ, ਦੇਖੀ ਮੈਂ ਬਿੱਲ ਬਣਾਉਂਦਾ ਫਿਰ। ਕੀ ਬਾਤ ਹੈ, ਮੁੰਡੇ ਨੂੰ ਯਾਦ ਆ ਮੇਰਾ ਬਰਥਡੇ? ਮੋਹਰ ਬਣਦਾ ਵੇਖੀ ਤੂੰ ਯਾਰ। ਕਿਉਂ ਹਲੇ ਤੱਕ ਚੱਕੀ ਫਿਰਦਾ? ਉਹ ਆ ਨਹੀਂ ਕੋਕ ਦੇ, ਆਪਾਂ ਸਿਰਫ ਦਸਾਂਜੇ ਵਾਲੀ ਪੀਂਦੇ ਆ। ਛੇਤੀ ਲਿਆਈ। ਅੱਛਾ ਇੰਨਾ ਜ਼ਿਆਦਾ ਕੀੜੇ ਲਈ ਜ਼ਿਆਦਾ ਲਿਆਈ। ਅੱਛਾ ਲੈ ਵੀ ਚੁੰਡੀ ਵਾਲੇ ਪੰਡਤ ਦਾ ਵਾਰ ਨਹੀਂ ਅੰਤੀ ਜਾਂਦਾ, ਹੈ ਵੀ ਭੁੱਖੀ ਜੀ, ਲੱਡੂ ਨੂੰ ਤਾਂ ਭੱਜ ਕੇ ਪਊਗੀ। ਥੈਂਕ ਯੂ।
ਡਰਾਈਵਰ ਆ ਜਾ ਬੱਗੇ ਤੈਨੂੰ ਘਰੇ ਲੈ ਚੱਲ ਗਏ ਮੈਂ ਤੇਰੇ ਘਰੇ ਕੀ ਕਰੂੰ ਜਾ ਕੇ ਹੈ ਤੈਨੂੰ ਮੇਰੀ ਸੌਂ ਲੱਗੇ ਨਹੀਂ ਇੱਕ ਵਾਰੀ ਆ ਜਾ ਤੈਨੂੰ ਦਿਲ ਦਾ ਹਾਲ ਦੱਸਣਾ ਪੈ ਰਹੀ ਤੇਰਾ ਭਲਾ ਜੇ ਯਾਰ ਛੇਤੀ ਛੇਤੀ ਕੱਟ ਇਹਨੂੰ ਭੁੱਖ ਬਹੁਤ ਲੱਗੀ ਮੈਨੂੰ ਹੋਰ ਨੀ ਸੱਦਾ ਕਿਸੇ ਨੂੰ ਇਹ ਵੀ ਤਾਂ ਹੈ ਵੀਰੇ ਸਤਿ ਸ੍ਰੀ ਅਕਾਲ ਹਾਊ ਆਰ ਯੂ ਤੈਨੂੰ ਪਤਾ ਮੈਂ ਤੈਨੂੰ ਇੱਥੇ ਕਿਉਂ ਬੁਲਾਇਆ ਤੇਰਾ ਹੈਪੀ ਬਰਥਡੇ ਆ ਸਭ ਤੋਂ ਚੋਰੀ ਚੋਰੀ ਲੈਬ 'ਚ ਉਹ ਵੀ ਇਕੱਲੇ ਯਾ ਵੇਖ ਲਾ ਹੱਥ ਬੰਨੇ ਤੇਰੇ ਅੱਗੇ ਮੈਨੂੰ ਤਾਲੀ ਗੱਲ ਆ ਮੈਨੂੰ ਟੈਸਟ ਟੂਬਾਂ 'ਚ ਪੜਾਕੇ ਜੇ ਪਾਉਣ ਹੋਣਾ ਕਹੀ ਇਸ ਵਾਰੀ ਫੜੇ ਜਾਵਾਂਗੇ ਯਾਰ ਮਜ਼ਾਕ ਜਿਹਾ ਨਾ ਕਰ ਯਾਰ ਨਹੀਂ ਮੈਂ ਸੀਰੀਅਸ ਹਾਂ ਤੇਰੇ ਕਰਕੇ ਦੁਸਾਂਝ ਵਾਲਾ ਵੀ ਲਾਤਾ ਮੈਂ ਆਪਣੇ ਰੂਮ 'ਚੋਂ ਮੈਂ ਮੁੱਕੀ ਮਾਰ ਕੇ ਨਾਸਾ ਭੰਨ ਦੇਣੀ ਤੇਰੇ ਆ ਕਮਲੀਆਂ ਵਾਲੇ ਲੱਛਾ ਨਾ ਕਰ ਯਾਰ ਯਾਰ ਚੰਗੀ ਭਲੀ ਯਾਰੀ ਦੋਸਤੀ ਚੱਲੀ ਜਾਂਦੀ ਆ ਕਿਹੜੀ ਗੱਲੋਂ ਜੁੰਡੋ ਜੁੰਡੀ ਹੋਣਾ ਫਿਰ ਤੈਨੂੰ ਕੋਈ ਹੋਰ ਪਸੰਦ ਆ ਨਹੀਂ ਯਾਰ ਮੈਂ ਬਹੁਤ ਦੂਰ ਰਹਿਣਾ ਕੰਮਾਂ ਤੋਂ ਜਿੰਨਾ ਮਰਜ਼ੀ ਕਰ ਲਓ ਕਿਸੇ ਦਾ ਕੋਈ ਫਾਇਦਾ ਨਹੀਂ ਨਾਲੇ ਆ ਪਿਆਰ ਪਿਊਰ ਜਿਹਾ ਸਭ ਗੱਲਾਂ ਹੀ ਆ ਸਾਰੀ ਖੇਡ ਪੈਸੇ ਦੀ ਆ ਨਾਲੇ ਮੈਂ ਨਹੀਂ ਲਾਉਣੀ ਇਹਨਾਂ ਲੈ ਕੇ ਜੀ ਨਾਲੇ ਯਾਰੀ ਮੈਂ ਨਾ ਇਹ ਲਿਕੁਇਡ 'ਚ ਸੁੱਟਦੇ ਨੇ ਤੇਰੇ ਮੂੰਹ 'ਤੇ ਹਾਂ ਬੱਗੇ ਯਾਰ ਤੂੰ ਝੂਠ ਬੋਲਿਆ ਤੁਹਾਡੀ ਲੜਾਈ ਹੋਈ ਹੋਈ ਹੈ ਕੀ ਹੋ ਗਿਆ ਯਾਰ ਡੋਨਟ ਟ੍ਰਾਈ ਟੂ ਬੀ ਸਮਾਰਟ ਵਿਦ ਮੀ ਉਹ ਤੇਰੇ ਖਾਤਰ ਮੱਥੇ ਟੇਕਦੀ ਫਿਰਦੀ ਹੈ ਤੇ ਤੂੰ ਟੈਲਿੰਗ ਮੀ ਲਾਈ ਤੁਸੀਂ ਵੀ ਮੱਥਾ ਟੇਕਿਓ ਕਿ ਜੀਤ ਨੂੰ ਬਾਹਲਾ ਸਾਰਾ ਪੜ੍ਹਨਾ ਆਵੇ ਤੇ ਵੱਡੀ ਸਾਰੀ ਨੌਕਰੀ ਲੱਗੇ ਠੀਕ ਆ ਕੀ ਕਹਿਣਾ ਹੈ ਜੀਤ ਨੂੰ ਬਾਹਲਾ ਸਾਰਾ ਪੜ੍ਹਨਾ ਆਵੇ ਤੇ ਵੱਡੀ ਸਾਰੀ ਨੌਕਰੀ ਲੱਗੇ ਫਿਰ ਖੰਡ ਮਿਲੂਗੀ ਉਹਨੂੰ ਕੀ ਜਾਣਾ ਲੱਭ ਗਿਆ ਯਾਰ ਉਹਦੇ ਦੰਦ ਹੀ ਨਹੀਂ ਬੰਦ ਹੁੰਦੇ ਸ਼ੀ ਕੀਪ ਔਨ ਸਮਾਈਲਿੰਗ ਸਮਾਈਲਿੰਗ ਐਂਡ ਸਮਾਈਲਿੰਗ ਜਾਣ ਤੋਂ ਬਾਅਦ ਜ਼ਿੰਦਗੀ ਦੇ ਸਾਰੇ ਸਵਾਦ ਮੱਕੇ
ਭੁੱਖ ਲੱਗਦੀ ਸੀ। ਠੰਡ ਚ ਗਰਮੀ ਲੱਗਣੀ ਵੀ ਬੰਦ ਹੋ ਗਈ। ਬਾਬੇ ਨੇ ਕਿਹਾ ਸੀ ਵੀ ਸਵਾਦ ਆਉਂਦਾ ਦੂਜੇ ਦੇ ਹੋ ਕੇ ਉਹਦੇ ਲਈ ਜਿਉਣ ਚ। ਪਿਆਰ ਦੇ ਵਿੱਚ ਕਦੇ ਲਾਲਚ ਨਹੀਂ ਕਰੀਦਾ, ਪਰ ਮੈਨੂੰ ਆਪਦੀ ਪਈ ਸੀ। ਉਹ ਤਾਂ ਚਾਹੁੰਦੀ ਸੀ ਵੀ ਮੈਂ ਪੜ੍ਹਾਂ, ਤਾਂ ਮੈਨੂੰ ਜਿਹੜੀ ਕਿਤਾਬਾਂ ਵੇਖ ਕੇ ਨੀਂਦ ਆਉਂਦੀ ਸੀ ਉਹਨਾਂ 'ਚ ਸਵਾਦ ਆਉਣ ਲੱਗ ਗਿਆ। ਮੇਰਾ ਨਾ ਪੂਰਾ ਜ਼ੋਰ ਲੱਗ ਗਿਆ ਕੁਛ ਬਣ ਕੇ ਪੜ੍ਹ ਕੇ ਉਹਨੂੰ ਆਪਣੇ ਅੱਗੇ ਨੀਵਾਂ ਕਰਨ 'ਚ, ਪਰ ਉਹ ਸਿਰ 'ਚ ਪਾ ਕੇ ਬਹੁਤ ਵੱਡੀ ਹੋ ਗਈ। ਹਾਏ ਰੋਣ ਹੀ ਲੱਗ ਗਿਆ, ਕੁੜੀ ਜਾਣਾ ਹੋਵੇ ਤਾਂ ਜਾਨ ਨਿਕਲਣ ਨੂੰ ਫਿਰਦੀ ਹੈ ਤੇ ਕਹਿੰਦਾ ਦੂਰ ਆਇਆ ਜੇ ਕੰਮਾਂ ਤੋਂ। ਚੱਲ ਵੀ ਦੋਸਾਂਝਾਂ ਵਾਲਿਆ, ਹੁਣ ਤੇਰੇ ਬਿਨਾਂ ਕੌਣ ਸਹਾਰਾ, ਇੱਧਰ ਤਾਂ ਗੱਲਾਂ ਹੀ ਬਹੁਤ ਵੱਡੀਆਂ ਨੇ। ਸੌਰੀ ਯਾਰ। ਸੌਰੀ ਇਹਦੇ ਤੋਂ ਮੰਗ, ਜਿਹਨੂੰ ਕੰਨ ਤੋਂ ਪਟਵਾਇਆ ਤੂੰ ਮੰਗ। ਸੌਰੀ ਯਾਰ ਬਾਈ। ਪਿੰਡ ਜਾ ਕੇ ਮੰਗ ਲਾ ਸੌਰੀ। ਸੱਠ ਦੁਬਾਰਾ ਤੋਲੀ, ਦੁਬਾਰਾ ਤੋਲ ਚੱਕ। ਇੱਕ ਔਰ ਸੱਠ ਕਿਲੋ ਕਾਟ 59। ਨਰਮਾ ਘੱਟ ਪੱਤਰੀ ਵੱਧ ਇਕੱਠੀ ਕਰ ਦਿਓ ਯਾਰ, ਸਾਫ਼ ਸਾਫ਼ ਚੁੱਕਿਆ ਕਰੋ। ਆੜਤੀ ਪਤਾ ਫਿਰ 100-100 ਗੱਲਾਂ ਕਰਦੇ ਆ, ਆਹ ਨੀ ਠੀਕ ਉਹ ਨੀ ਠੀਕ, ਭਾਅ ਹੀ ਮਰ ਜਾਂਦਾ ਯਾਰ ਸਾਰਾ। ਮੇਰਾ ਪਿਆਰਾ ਮਿੱਤਰ ਨਿੱਕੂ ਜਿਹਾ ਤੇ ਉਹਦੇ ਦੰਦ ਬੜੇ ਸੋਹਣੇ ਆ, ਪਰ ਉਹਨੇ ਦੰਦੀ ਬੜੀ ਟਿਕਾ ਕੇ ਵੜਦਾ। ਜਦੋਂ ਹੱਸਦਾ ਨਾ ਤਾਂ ਨਰਮਾ ਖਿੜ ਜਾਂਦਾ ਤੇ ਉਹਦੇ ਗਲੇ ਦਾ ਤਵੀਤ ਉਹਨੂੰ ਹੋਰ ਵੀ ਸੋਹਣਾ ਬਣਾਉਂਦਾ। ਪਰ ਉਹ ਇੱਕ ਕੰਧੇ 'ਚ ਬਲੂੰਗੜੇ ਨੂੰ ਪਿਆਰ ਕਰ ਬੈਠਾ ਤੇ ਉਹ ਬਲੂੰਗੜਾ ਦੁੱਧ ਤੇ ਨਹੀਂ ਚਿੱਤਰਾਂ ਦੇ ਲਾਇਕ। ਤੂੰ ਆਪਦੀ ਪੜ੍ਹਾਈ ਨਾ ਆਪਦੇ ਕੋਲੇ ਰੱਖ, ਵੱਡਿਆ ਸਿਆਣਿਆ ਜੇ ਮੇਰੇ ਬਲੂੰਗੜੇ ਨੂੰ ਮਾੜਾ ਕਿਹਾ ਨਾ ਇਹ ਦੁੱਧ ਚੁੱਕ ਕੇ ਨਾਸਾਂ 'ਚ ਪਾ ਦੂੰ। ਤਾਰੇ ਨਹੀਂ ਮੰਗਦੀ ਤੇਰੇ ਤੋਂ, ਬਸ ਪੜ੍ਹ ਕੇ ਇੱਕ ਠੀਕ ਠਾਕ ਜਿਹੀ ਨੌਕਰੀ ਲੈ ਲਾ। ਤੇ ਗੱਲ ਸੁਣ ਬਲੂੰਗੜਿਆ, ਬੰਦਾ ਬਣ ਕੇ ਨਾ ਕੱਲ੍ਹ ਨੂੰ ਹੀ ਵਾਪਸ ਹੋ ਜਾ। ਇਹਨੂੰ ਕਿਉਂ ਇਸ ਵਾਰ ਬਹੁਤ ਸੁਧਰਿਆ ਫਿਰਦਾ? ਘਰਲੇ ਨੇ ਸਾਰਿਆਂ ਨੂੰ ਵਿਆਹ ਗਿਆ ਦਾ। ਅੱਛਾ ਵਿਚੋਲਾ ਕੌਣ ਬਣਿਆ ਦਾ? ਮੈਂ ਤੇ ਵਿਕਰ, ਮੈਂ ਸੇਮੇ ਦਾ ਵਿਕਰ ਚੱਕ ਕੇ ਵੇਚਤਾ, ਉਹਨੇ ਸਾਡਾ ਘਰ ਉਜਾੜਿਆ ਸੀ, ਤਾਂ ਗੁੱਸੇ 'ਚ ਉਹਦਾ ਵਸਾਤਾ। ਸੇਮਾ ਹੈ ਤਾਂ ਮੇਰਾ ਬੇਲੀ ਤਾਈ ਜੀ, ਪਰ ਆਪਾਂ ਤਾਂ ਗਲਤ ਨੂੰ ਗਲਤ ਕਵਾਂਗੇ। ਊਂ ਤਾਂ ਕਿਤੇ ਖੇਤ ਨਹੀਂ ਵੜਦਾ, ਨਰਮੇ ਵੇਲੇ ਕੁੜੀਆਂ ਮਾਰਾ ਚੱਕ ਲੂ ਕਾਪੀ। ਕਿਉਂ
ਬਹਾਨੇ ਨਾਲ ਕਦੇ ਉਹਦੇ ਘਰੇ ਝਾਤੀ ਮਾਰੂ, ਕਦੇ ਉਹਦੇ ਘਰੇ ਝਾਤੀ। ਤੁਹਾਨੂੰ ਨੀ ਪਤਾ, ਮੋਬਾਈਲ ਲੈਣਾ ਇੰਜ ਕਰਕੇ ਫੋਟੋ ਖਿੱਚ ਲਓ, ਇੰਜ ਕਰਕੇ। ਇੰਨਾ ਛੱਟਿਆ ਵੈਸੇ ਹੋਰ ਹਾਏ ਪਟ ਮੇਰੀ ਤੇ ਜਾਣਾ, ਹੋਰ ਮੇਰੇ ਤੇ ਕਿਹੜਾ ਜਵਾਨੀ ਨੀ ਚੜੀ, ਮੈਂ ਤਾਂ ਕਦੇ ਉੱਡ ਉੱਡ ਨੀ ਕੀਤਾ। ਕਿਤੇ ਫੇਸਬੁੱਕ ਤੇ ਫੋਟੋ ਵੀ ਨਾ ਪਾ ਦੇ। ਹੋਰ ਤਾਈ ਤੇਰੀ ਨਾਂ ਤਾਂ ਲਾਈਕ ਵੀ ਵੱਧ ਆਉਣਗੇ। ਮੰਨੋ ਮੇਰੀ ਗੱਲ, ਕੁੜੀਆਂ ਦੇ ਪਾਸ ਦੀ ਗੱਲ ਨੀਗੀ, ਇਹ ਤੁਹਾਨੂੰ ਕੋਈ ਹੀਲਾ ਕਰਨਾ ਪੈਣਾ। ਮੈਂ ਪੁੱਛਦੀ ਹਾਂ ਇਹਨੂੰ, ਭਾਈ ਜੀ ਪਲੇਗ ਇਹ ਜੇ ਨੂੰ। ਮੇਰੇ ਇੱਥੇ ਲਾਟਰੀ ਨਿਕਲੀ ਸੀ। ਅੱਛਾ, ਹੋਰ ਕਿਆ, ਸੌਦਾ ਸੌਦਾ ਲੈ ਲਿਓ, ਲਓ ਰੱਬ ਵਾਲਾ ਦੇਵੇ। ਵਿਸਤਰਾ ਤੂੰ ਰਾਹ ਰੋਕੇ ਠੀਕ ਵੀ ਹੈ, ਗੱਲ ਬਿਹਾਰੀ ਹੈ, ਹੈ ਆਪਾਂ ਹਾਣੋ ਹਾਣੀ ਆ, ਸੋਹਣੀ ਜਨਾਨੀ ਦੇਖ ਕੇ ਦਿਲ ਆ ਹੀ ਜਾਂਦਾ ਹੈ। ਆ ਤੇਰਾ ਕੱਲ ਦਾ ਸਲਾਰੂ ਜਾ, ਫੈਨ ਤਾਂ ਮਾਰੂ ਮੈਨੂੰ, ਸੀਟੀਆਂ ਮਾਰ ਕੇ ਕਹੂ, ਦੁੱਖ ਤਾਂ ਸੁਣਾ ਨੀ ਸਾਰੇ ਤੋੜ ਦੇਣੇ ਹੈ। ਹੈ ਛੋਟੇ ਹੁੰਦੇ ਦੀਆਂ ਨਲੀਆਂ ਪੂਝਦੀ ਰਹੀ ਆ, ਹੁਣ ਫੈਨ ਤਾਂ ਮਾਰੇ ਮੈਨੂੰ, ਜੇ ਮਾਰ ਕੇ ਥੱਪੜ ਫੀਡ ਨਾ ਕਰਤਾ ਇਹਦਾ, ਜੇ ਇੰਨਾ ਹੀ ਦਿੱਤਾ ਹੈ ਵਿਆਹ ਕਰਕੇ ਦਫ਼ਾ ਕਰ ਇਹਨੂੰ। ਮੈਨੂੰ ਕਹੂ ਸਾਡਾ ਚੱਲਦਾ ਇਹ ਧੱਕਾ ਸੀ ਤਾਂ ਕਰਦੇ, ਬਈ ਮੈਂ ਨੀ ਧੱਕਾ ਧੁੱਕਾ ਸਹਿੰਦੀ ਕਿਸੇ ਦਾ, ਤੈਨੂੰ ਮੈਂ ਦੱਸਾਂ, ਮੈਂ ਤਾਂ ਆਪਦੇ ਬੰਦੇ ਨੂੰ ਦੱਸੂ, ਜੇ ਮਰੋੜ ਕੇ ਧੋਣ ਕਹਾਂਗੂ ਕਿੱਕਰ ਤੇ ਨਾ ਡੰਗਤਾ, ਫੇਰ ਨਾ ਕਹੀਂ ਮੈਨੂੰ ਦੱਸਿਆ ਨੀ ਸੀ। ਆ ਜਿਹੜਾ ਲੱਭ ਜੂ ਮਿਸ ਜੂ ਕਰਦਾ ਨਾ, ਇਹ ਸਾਡੇ ਨੀ ਚੱਲਦਾ ਸਰਦਾਰਾ, ਆਨੇ ਜੇ ਪਾੜ ਪਾੜ ਝਾਕਦਾ ਉਹੀ ਕੱਢ ਕੇ ਖਾ ਜੂ, ਫੇਰ ਨਾ ਕਹੀਂ ਬੁਢਾਪੇ ਦੀ ਲਾਠੀ ਤੋੜਤੀ। ਵਿਕਟਰਾ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਸੀ ਤੇਰੇ ਮੁੰਡੇ ਦੀ। ਹੁਣ ਤੇਥੋਂ ਕੀ ਭਾਲਦਾ ਹੈ ਮਾਸੀ, ਜਦੋਂ ਮੈਂ ਨੰਗੂ ਮੈਨੂੰ ਕਹੂਗਾ ਤੂੰ ਤਾਂ ਰਾਵਲੇ ਦੇ ਗੀਤ ਵਰਗੀ ਲੱਗਦੀ ਹੈ, ਜਾਣ ਜਾਣ ਕੇ ਗਾਣਾ ਗਾਊਗਾ, ਹਕੇ ਦਿਲ ਹੋਣਾ ਚਾਹੀਦਾ ਜਵਾਨ, ਉਮਰਾਂ ਚ ਕੀ ਰੱਖਿਆ, ਜਮਾਂ ਤੇਰੇ ਪਿਓ ਆਏ ਲੱਛਣ ਨੇ, ਜਮਾਂ ਆਪਦੇ ਦਾਦੇ ਤੇ ਗਿਆ, ਤੂੰ ਜੂੜ ਪਾਉਣਾ ਤਾਂ ਉਹਦੇ ਪਾਲਾ, ਨਹੀਂ ਝਾਂਜਰਾਂ ਤਾਂ ਕੋਈ ਪਾ ਹੀ ਦੇਊਗਾ। ਦਿਲ ਹੋਣਾ ਚਾਹੀਦਾ ਜਵਾਨ, ਉਮਰਾਂ ਚ ਕੀ ਰੱਖ, ਤੇਰੀ ਮਾਂ ਨੂੰ ਕਰਾ ਕੇ ਦਿੰਨਾ ਰਾਣੀ ਹਾਰ। ਕੁੱਤਿਆ ਤੂੰ ਮੈਨੂੰ ਬਾਹਰ ਨਿਕਲ ਜੋਗਾ ਨਹੀਂ ਛੱਡਿਆ, ਸੱਦਦਾ ਕਿਸੇ ਵਿਚੋਲੇ ਨੂੰ, ਉਸ ਜਿਹੜੀ ਤੈਨੂੰ ਜਵਾਨੀ ਚੜੀ ਆ ਨਾ, ਇੱਕ ਮਹੀਨੇ ਚ ਜੀਵ ਬਾਹਰ ਨਾ ਆ ਗਈ ਤਾਂ ਮੈਨੂੰ ਵੀ ਬਿਸਟਰ ਸੋਹਣਾ ਆਖੀ। ਵਾਟ ਇਜ਼ ਦਿਸ, ਗੁਆਚਿਆ ਮੇਰਾ ਕੁੱਤਾ ਲਿਆ ਕੇ ਤੁਸੀਂ ਬਹੂ ਦੇ ਰਹੇ ਹੋ, ਇਹ ਕੀ ਕੰਬੀਨੇਸ਼ਨ ਹੋਇਆ ਬਈ, ਇਹ ਕੋਈ ਤਰੀਕਾ ਜਵਾਕ ਨੂੰ ਮਰਲਾਉਣ ਦਾ, ਲਿਆ ਕੇ ਦੇਣਾ ਦੋ ਜਾਜੀ ਕੁੱਤਿਆਂ ਦੀ ਜੋੜੀ ਲਿਆ ਦੋ। ਇਹਨੂੰ ਕਾਬੂ ਚ ਰੱਖੀ, ਸਿਰੇ ਦਾ ਲੁਕਿਆ ਏ, ਕੋਈ ਕੁੜੀ ਇਹੋ ਜਿਹੀ ਨੀ ਜਿਹਦਾ ਰਾਹ ਨੀ ਰੋਕਿਆ ਇਹਨੇ, ਕਿੱਥੇ ਫਸ ਗਈਆਂ ਸੀ ਇਹ। ਬਈ ਹੁਣ ਤਾਂ ਤੂੰ ਵਿਆਹ ਗਿਆ ਯਾਰ, ਹੁਣ ਕਿਹਦੀ ਜਨਾਨੀ ਵਾਸ ਕਰਨੀ ਹੈ? ਓਏ ਆਪਣੀ ਓ ਕਰਨੀ ਆ ਓਏ, ਸਾਲੀ ਸੈੱਲਾਂ ਵਾਲੇ ਬਾਂਦਰ ਵਾਂਗ ਆ ਓਏ, ਖੜਦੀ ਹੋਈ ਨੀ, ਸਾਹ ਵੀ ਨੀ ਆਉਣ ਦਿੰਦੀ ਓਏ, ਲਾਦਰੋਂ ਨੀ ਲੱਗੀ ਟੋਕਾ ਹੀ ਲੱਗਿਆ, ਕੱਚ 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 ਚੱਲਦਾ ਹੀ ਰਹਿੰਦਾ, ਸਾਹ ਵੀ ਨੀ ਆਉਣ ਦਿੰਦੀ ਕਰਨੀ। ਹਾਂਜੀ ਜਾਨੂ, ਕਿੱਧਰ ਟੱਪਿਆ? ਹਾਂ ਮੈਂ ਆ ਗਿਆ ਬਸ, ਪਿਸ਼ਾਬ ਕਰਨ ਆਇਆ ਸੀ। ਹਾਂ ਆ ਗਿਆ ਜਾਨੂ, ਕਿੱਥੇ ਨੀ ਆ, ਆ ਗਿਆ ਬਸ, ਆ ਗਿਆ ਬਸ, ਕੈਪਟਨ ਅਮਰੀਕਾ ਬਣੀ ਆਉਣਾ।
ਪਾਗਲੇ ਟੂਣਾ ਟੂਣਾ ਸੱਚੀ ਕੁਝ ਨਹੀਂ ਹੁੰਦਾ ਹੈ ਗੱਲਾਂ ਹੀ ਨੇ ਇਹਨੇ ਮੇਰੇ ਤੇ ਵੀ ਟੂਣਾ ਕੀਤਾ ਸੀ ਵਿਚਾਰੀਆਂ ਕੀੜੀਆਂ ਨੂੰ ਪਾ ਦੂੰ ਤੇ ਤਾਈ ਲੱਭੀ ਜਾਂਦੀ ਆ ਤੇਰੀ ਕੱਲ ਨੂੰ ਪੜਨ ਵਾਪਸ ਠੀਕ ਆਈ ਆਈ ਆ ਕਿੱਥੋਂ ਆਇਆ ਕੁੱਤੇ ਦੇ ਪੈਸਿਆਂ ਚੋਂ ਲੱਕ ਵਧੀਆ ਸੀ ਨਾ ਤਾਂ ਵੱਧ ਪੈਸੇ ਮਿਲ ਗਏ ਪਰ ਮੈਨੂੰ ਤਾਂ ਚਲਾਉਣਾ ਹੀ ਨਹੀਂ ਆਉਂਦਾ ਬੜਾ ਸੌਖਾ ਹੈ ਆ ਹਰੀ ਜਿੱਤੋਂ ਲੱਗਦਾ ਫੋਨ ਇਹਦੇ ਤੋਂ ਲਾਲ ਤੋਂ ਕੱਟ ਹੋ ਜਾਂਦਾ ਚਲਾ ਕੇ ਵੇਖ ਸੌਖਾ ਹਰਾ ਦੱਬ ਫਾਲਤੂ ਪੈਸਾ ਹੁੰਦਾ ਨਾ ਅੱਗ ਲਾਉਣ ਨੂੰ ਮੈਂ ਕਦੀ ਕੇਕ ਖਾ ਕੇ ਨੀ ਵੇਖੀ ਕਿੰਨੀ ਕੁ ਸਵਾਦ ਹੁੰਦੀ ਆ ਮੈਂ ਜਿਹੜੇ ਘਰ ਕੰਮ ਕਰਦੀ ਆ ਨਾ ਉਹਨਾਂ ਦੇ ਪੇਟੀਆਂ ਦੇ ਅੰਦਰ ਹੀ ਲੁਕੋ ਜਾਂਦੀ ਆ ਫੋਨ ਘਰੇ ਜੇ ਤਾਈ ਨੇ ਫੜ ਲਿਆ ਨਾ ਤੇ ਮਾਰ ਦੂ ਮੈਨੂੰ ਆਪਣਾ ਵੀ ਘਰ ਹੋਊਗਾ ਕਦੇ ਮੈਂ ਕੱਲੀ ਨੇ ਨੀ ਲਾਉਣੇ ਪੋਚੇ ਨਾਲ ਲਵਾਉਣੇ ਪਿਆ ਕਰਨੇ ਆ ਹੈਲੋ ਕਿੱਧਰ ਗਿਆ ਧਿਆਨ ਕਿੱਥੇ ਆ ਨਹੀਂ ਮੈਂ ਆਪਣੇ ਘਰ ਬਾਰੇ ਸੋਚ ਰਿਹਾ ਸੀ ਪੋਚੇ ਨੀ ਲਾਉਣ ਦਿੰਦਾ ਤੈਨੂੰ ਮੈਂ ਸੱਚੀ ਯਾਰ ਤੂੰ ਗੁੱਸੇ ਨਾ ਹੋਇਆ ਕਰ ਮੈਂ ਸਭ ਕੁਛ ਸੁਣਦਾ ਪਿਆ ਸੀ ਪਤਾ ਹੈ ਸੁਣਦਾ ਨਖਰੇ ਕਰਦੀ ਸੀ ਪਾ ਲੈ ਮੁੱਲ ਕੀ ਹੋ ਜੂ ਸਫਾਈਆਂ ਦੇਣ ਪੈ ਜੂ ਫੌਜੀ ਨੂੰ ਤੇ ਪਤਾ ਵੀ ਨਹੀਂ ਮੈਂ ਜੰਮੀ ਸੀ ਕਿ ਨਹੀਂ ਚਿੱਠੀ ਪਾਈ ਸੀ ਸੱਪ ਜਾਣਦਾ ਮੇਰੀ ਹੋਊ ਕਿ ਨਹੀਂ ਖੁਸ਼ ਹੋਇਆ ਹੋਊ ਕਿ ਦੁਖੀ ਹੋਇਆ ਹੋਊ ਵੀ ਕੁੜੀ ਹੋਈ ਆ ਅੰਮੀ ਉਡੀਕਦੀ ਹੁੰਦੀ ਸੀ ਜਦ ਅੰਮੀ ਮੁੱਕ ਗਈ ਤੇ ਉਹਦੀ ਉਡੀਕ ਸੀ ਜਦੋਂ ਅੰਮੀ ਮਰੀ ਮੈਂ ਤਾਂ ਚਾਚੀ ਫਿਰਦੀ ਸੀ ਸਾਰੇ ਸਿਰ ਤੇ ਹੱਥ ਰੱਖਦੀ ਸੀ ਸਮਝ ਹੀ ਨਹੀਂ ਸੀ ਹੋਇਆ ਕਿ ਮੇਰੇ ਨਾਲ ਉਹ ਸਿਰ ਤੇ ਹੱਥ ਕਦੋਂ ਗੋਹੇ ਤੇ ਪੱਠਲ ਬਣ ਕੇ ਪਤਾ ਹੀ ਨਹੀਂ ਲੱਗਾ ਫਿਰ ਮੈਂ ਉਹ ਟਿੱਕਾ ਲੱਗ ਕੇ ਫੌਜੀ ਨੂੰ ਐਂ ਲੱਗਦਾ ਵੀ ਉਹ ਹਜੇ ਵੀ ਆਊਗਾ ਕਸ਼ਮੀਰ ਚੋਂ ਵਿਆਹ ਕੇ ਲਿਆਇਆ ਸੀ ਫੌਜੀ ਅੰਮੀ ਨੂੰ ਸ਼ਿੰਦੋ ਮਾਸੀ ਦੱਸਦੀ ਆ ਫੌਜੀ ਤੇ ਅੰਮੀ ਦਾ ਬਹੁਤ ਪਿਆਰ ਸੀ ਪਿਆਰ ਦੀ ਸੁਣ ਲਾ
ਆ ਮੇਰੇ ਬਾਈ ਤੇ ਭਾਬੀ ਨੇ ਕਿਤੇ ਸਿੱਧੇ ਮੂੰਹ ਗੱਲ ਨਹੀਂ ਕੀਤੀ, ਆ ਪੁੱਠੇ ਜਿਹੇ ਮੂੰਹ ਨਾਲੇ ਮੈਨੂੰ ਪੰਜਰੀ ਚਾਚਾ ਬਣਾ ਦਿੱਤਾ, ਤੇ ਜੇ ਕਿਤੇ ਮੂੰਹ ਸਿੱਧਾ ਹੁੰਦਾ ਤੁਹਾਡੀਆਂ ਭੇਡਾਂ ਨਾਲ ਵੱਧ ਮੇਰੇ ਭਤੀਜੇ ਹੋਣੇ ਸੀ। ਕਰ ਕਰਾ ਕੇ ਵਿਆਹ ਤੇ ਖਰਚਾ ਵੀ ਮਾੜਾ ਮੋਟਾ ਮੈਂ ਆਪ ਕਰਵਾ ਦਾਂ, 50,000 ਰੁਪਏ ਨਕਦ ਦਵਾ ਦਾਂਗੇ। ਮੁੰਡਾ ਸੜਕਾਂ ਬਣਾਉਣ ਦਾ ਕੰਮ ਕਰਦਾ, ਲੋਕਾਂ ਨੂੰ ਤਾਂ ਆਪ ਦੇਣੇ ਪੈਂਦੇ ਆ, ਇਸ ਤੋਂ ਵਧੀਆ ਹੋਰ ਰਿਸ਼ਤਾ ਦੱਸੋ ਕੀ ਹੋ ਸਕਦਾ। ਦੇਣੇ ਪੈਂਦੇ ਆ ਕਚੱਜੀਆਂ ਦੇ, 50,000 ਤਾਂ ਸਾਡੀ ਕੁੜੀ 3 ਮਹੀਨਿਆਂ ਚ ਕਮਾ ਲੂ, 3 ਘਰਾਂ ਦਾ ਸਾਰਾ ਕੰਮ ਕਰਦੀ ਹੈ ਤੇ ਨਰਮਾ ਚੁਗਦੀ ਹੈ ਸਭ ਤੋਂ ਵੱਧ, ਰੰਗ ਰੂਪ ਤਾਂ ਹੈ ਹੀ ਕਸ਼ਮੀਰਨ ਦਾ। 1,00,000 ਤੋਂ ਘੱਟ ਤਾਂ ਮੈਂ ਕਰਨਾ ਨਹੀਂ। ਕਿਹੋ ਜਿਹੀਆਂ ਗੱਲਾਂ ਕਰਦੀ ਹੈ, ਉਹ ਕੁੜੀ ਆ ਉਹ ਕੋਈ ਭੇਡ ਬੱਕਰੀ ਥੋੜੀ ਆ ਜਿਹੜੀ ਵੇਚਣ ਲੱਗੀ ਹੈ। ਤੂੰ ਵਿੱਚ ਨਾ ਬੋਲ, ਸਾਰੀ ਉਮਰ ਕਜੀਆ ਮੈਂ ਕੀਤਾ, ਹੁਣ ਇਹਨੂੰ ਬਰਾਗ ਮਾਰ ਗਿਆ ਧੀ ਦਾ। ਮੈਨੂੰ ਰਿਸ਼ਤੇ ਬਥੇਰੇ ਆਉਣਗੇ, ਰਿਸ਼ਤਿਆਂ ਦੀ ਘਾਟ ਨਹੀਂ ਮੈਨੂੰ। ਦੇਖੋ ਜੀ, 1,00,000 ਰੁਪਇਆ ਦਾ ਬਹੁਤ ਜ਼ਿਆਦਾ, ਕਰ ਕਰਾ ਕੇ 70,000 ਰੁਪਏ ਦਵਾ ਦਾਂ। ਨਾ ਤੁਹਾਡੀ ਨਾ ਮੇਰੀ ਗੱਲ 80,000 ਚ ਪੱਕੀ ਕਰ, ਪਰ ਪੈਸੇ ਮੈਂ ਸਾਰੇ ਵਿਆਹ ਤੋਂ ਪਹਿਲਾਂ ਲੈਣੇ, ਇਹ ਦੱਸਦਾ ਮੈਂ। ਆਟਾ ਹੀ ਗੁੰਨੀ ਜਾਂਦੀ ਆ ਹਲੇ? ਹਾਂ ਤਾਈ ਹਜੇ ਕੀ ਆ, ਹੋਰ ਕਿੰਨੇ ਕੁ ਦਿਨ ਤੈਨੂੰ ਘਰ ਬਿਠਾ ਕੇ ਰੱਖਾਂਗੇ। ਇੰਨਾ ਸੋਹਣਾ ਰਿਸ਼ਤਾ ਆਇਆ, ਮੁੰਡਾ ਸੜਕਾਂ ਬਣਾਉਂਦਾ, ਨਾਲੇ ਤੇਰਾ ਕੀ ਪਤਾ ਲੱਗਦਾ ਮਾਂ ਵਾਂਗੂ ਕਦੋਂ ਸਿਰ ਚ ਖੇਹ ਪਵਾ ਦੇ। ਟਾਈਮ ਨਾਲ ਆਪਦੇ ਘਰ ਜਾ, ਸਾਡੀ ਵੀ ਫਿਕਰ ਮੁੱਕੂਗੀ। ਯਾਰ ਤੇਰੀਆਂ ਤੇ ਭੇਡਾਂ ਵੀ ਰਾਜ ਨਹੀਂ ਮੇਰੇ ਤੇ। ਇਹ ਤਾਈ ਦੀਆਂ, ਮੇਰਾ ਤੇ ਇਹ ਆ, ਵੇਖ ਕਿੰਨੇ ਪਿਆਰ ਨਾਲ ਬੈਠਾ ਮੇਰਾ ਪੁੱਤ। ਕੀ ਆ ਸਾਰੇ ਫਾਰਮ ਭਰ, ਜਿੰਨੇ ਭਰ ਸਕਦਾ ਵੇਚ ਦੀ ਇਹਨਾਂ ਨੂੰ। ਨਹੀਂ ਯਾਰ ਤੂੰ ਕਮਲੀ ਹੋ ਗਈ ਆ, ਆਪਾਂ ਬੇਬੀ ਦੀਆਂ ਨਿਸ਼ਾਨੀਆਂ ਥੋੜੀ ਵੇਚਣੀਆਂ ਨੇ, ਕੋਈ ਨਾ ਮੈਂ ਕੁਝ ਹੋਰ ਕਰ ਲੂੰਗਾ। ਕੀ ਨਿਸ਼ਾਨੀ, ਜਦ ਮੈਨੂੰ ਨਹੀਂ ਤੈਨੂੰ ਵਾਧਾ? ਇਹ ਹੈਗਾ ਤੇ ਤਵੀਤ ਮੇਰੀ ਕੌਮੀ ਦੀ ਨਿਸ਼ਾਨੀ, ਤੂੰ ਦੇ ਦੇ। ਇੰਨਾ ਜੀ ਲਾ ਕੇ ਪੜ੍ਹਾਈ ਕਰੀ ਕਿ ਇਹਨਾਂ ਦਾ ਮੁੱਲ ਪੈ ਜੇ। ਚਲੋ 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 ਕਰੋ ਤਾਂ ਰੱਬ ਵਰਗਾ,
ਜਿਹੜਾ ਆਪਣੇ ਲਈ ਸਭ ਕੁਛ ਕਰਦਾ, ਨਾ ਕਦੇ ਆਪਾਂ ਨੂੰ ਜਿਤਾਉਂਦਾ ਤੇ ਨਾ ਹੀ ਸਾਡੇ ਤੋਂ ਕਦੇ ਕੋਈ ਉਮੀਦ ਰੱਖਦਾ। ਮੈਂ ਤੇਰੇ ਲਈ ਕੀ ਲੈ ਕੇ ਕੇਕ, ਮਤਲਬ ਕੇਕ ਥੋੜਾ ਵੱਡਾ ਹੁੰਦਾ, ਇਹ ਤੂੰ ਫਾੜੀ ਸਮਝ ਲੈ ਕੇਕ ਦੀ, ਇਹਨੂੰ ਪੇਸਟੀ ਕਹਿੰਦੇ, ਸਵਾਦ ਹੋਈ ਹੁੰਦਾ। ਖਰਾਬ ਹੋ ਗਿਆ? ਨਹੀਂ, ਲੋੜ ਹੀ ਨਹੀਂ ਹੁਣ ਇਹਦੀ। ਕਿਉਂ? ਤੂੰ ਫਿਕਰ ਨਾ ਕਰ, ਮੈਂ ਵਧੀਆ ਪੜ੍ਹਾਈ ਕਰਦਾ। ਮੇਰਾ ਮੰਗਣਾ ਹੋ ਗਿਆ। ਇਹੋ ਜਿਹੇ ਪੁੱਠੇ ਆਵਾਜ਼ਾਂ ਦੀ ਮੂੰਹ ਕੱਢੀ ਜਾਂਦੀਆਂ, ਮੰਗਣਾ ਹੋ ਗਿਆ। ਲੈ ਸੱਚੀ ਹੋ ਗਿਆ, ਮੇਰੀ ਸੱਸ ਤਾਂ ਮੈਨੂੰ ਸਗਨ ਵੀ ਪਾ ਗਈ, 6 ਮਹੀਨੇ ਨੂੰ ਵਿਆਹ ਵੀ ਬੰਨਿਆ ਗਿਆ। ਮੈਨੂੰ ਪਤਾ ਤੂੰ ਮਖੌਲ ਕਰਦੀ ਆ। ਲੈ ਇੱਥੇ ਮਖੌਲ ਕਰਨ ਵਾਲੀ ਕਿਹੜੀ ਗੱਲ ਆ, ਮੁੰਡਾ ਸੜਕਾਂ ਬਣਾਉਂਦਾ। ਤੇ ਆਪਣਾ ਕੀ? ਆਪਣਾ ਕੀ, ਜਦੋਂ ਸੀਗੇ ਸੀਗੇ, ਹੁਣ ਵਿਆਹ ਤਾਂ ਘਰਦਿਆਂ ਦੀ ਮਰਜ਼ੀ ਨਾਲ ਹੀ ਹੋਣਾ ਸੀ, ਹੁਣ ਮੈਂ ਗੁੱਤ ਥੋੜੀ ਪਟਾਉਣੀ ਤਾਈ ਤੋਂ। ਯਾਰ ਮੈਂ ਗੱਲ ਤਾਂ ਕਰਦਾ, ਪਰ ਜਿਹੜੀਆਂ ਆਪਾਂ ਗੱਲਾਂ ਕਰਦੇ ਸੀ ਵੀ ਆਪਣਾ ਘਰ ਹੀ ਉਹ ਸਭ ਐਵੇਂ ਸੀ। ਹੋਰ ਕੀ ਗੱਲਾਂ ਕਰਦੇ, ਸਾਰੇ ਇਹੋ ਗੱਲਾਂ ਕਰਦੇ ਆ, ਪੂਰੀਆਂ ਥੋੜੀ ਹੁੰਦੀਆਂ ਉਹ ਤਾਂ ਉਹ ਹੀ ਹੁੰਦੀਆਂ ਕਰਨ ਨੂੰ। ਮੈਂ ਤਾਂ ਸੱਚੀ ਕਰਦਾ ਸੀ ਯਾਰ, ਮੈਨੂੰ ਨਹੀਂ ਪਤਾ, ਤੂੰ ਮੇਰੇ ਨਾਲ ਭੱਜ ਚੱਲ ਬਸ। ਕਿੱਥੇ ਤੇ ਭੱਜ ਕੇ ਕਰਾਂਗੇ ਕੀ, ਤੂੰ ਸਾਰੀ ਉਮਰ ਦਿਹਾੜੀ ਕਰੀ ਤੇ ਮੈਂ ਪੋਚੇ ਲਾਊਂ। ਗਰੀਬ ਬੰਦੇ ਲਈ ਪਿਆਰ ਪਿਓਰ ਜ਼ਰੂਰੀ ਨਹੀਂ ਹੁੰਦਾ, ਕੰਮ ਜ਼ਰੂਰੀ ਹੁੰਦਾ। ਤੂੰ ਨੌਕਰੀ ਲੱਗਿਆ, ਤੇਰੇ ਪੋਤੇ ਗੱਲਾਂ ਕਰਿਆ ਕਰਨਗੇ, ਸਾਡੇ ਬਾਪੂ ਨੇ ਸਾਡੀ ਜੂਨ ਸੁਧਾਰਤੀ, ਨਹੀਂ ਤਾਂ ਮਖੌਲ ਹੀ ਬਣਾਉਣਾ ਉਹਨਾਂ ਵੀ ਸਾਡਾ ਬੜਾ ਬੇਬੇ ਕੱਢ ਕੇ ਲਿਆਇਆ ਸੀ, ਬੇਬੇ ਵੀ ਭੁੱਖੀ ਮਾਰੀ ਤੇ ਸਾਨੂੰ ਵੀ। ਇਹ ਸਭ ਨਾ ਇੱਥੋਂ ਤੱਕ ਹੀ ਚੰਗਾ ਲੱਗਦਾ, ਵਿਆਹ ਤੋਂ ਬਾਅਦ ਤਾਂ ਉਹ ਹੀ ਕਲੇਸ਼ ਹੀ ਹੁੰਦੇ ਆ। ਤੂੰ ਮੈਨੂੰ ਉਹਦਾ ਹੱਥ ਫੜਿਆ ਨਾ ਵੇਖ, ਤੂੰ ਆਪਦਾ ਬਾਪੂ ਲਟਕਦਾ ਵੇਖ। ਚੱਲ ਚੰਗਾ। ਓ ਮੇਰੀ ਕੇਕ, ਤੇਰੇ ਕੇਕ ਦਾ ਰਿਸ਼ਤਾ ਹੋ ਗਿਆ, ਆਪਾਂ ਮੁੰਡੇ ਕੋਲ ਜਾ ਕੇ ਨਾ ਉਹਦੇ ਬਾਰੇ ਮਾੜਾ ਚੰਗਾ ਬੋਲਣਾ, ਸਾਡੇ ਨਾਲ ਫਸੀ ਗਿਆ। ਤੇਰੇ ਨਾਲ? ਨਹੀਂ ਨਹੀਂ, ਉਹ ਆਪਣੇ ਤਿੰਨਾਂ ਨਾਲ। ਕੀ? ਉਹ ਤੂੰ ਕੰਮ ਕਰੋ ਭਰਾਵਾ, ਮੈਂ ਮੂੰਹ ਨਹੀਂ ਜਾਂਦਾ, ਧੂਆ ਮਰਾ ਗਈ ਇਹੋ ਜਿਹੀ ਯਾਰੀ, ਪਹਿਲਾਂ ਉਹ ਕੁੱਟਣਗੇ, ਜੇ ਬਚ ਗਿਆ ਤਾਂ ਘਰ ਵਾਲੀ ਬੋਦੇ ਪੱਟੂ, ਮੈਂ ਨਹੀਂ ਜਾਂਦਾ। ਚੱਲ ਠੀਕ ਹੈ ਨਾ ਜਾ, ਮੈਂ ਭਾਬੀ ਨੂੰ ਦੱਸ ਦੂੰਗਾ ਵੀ ਤੈਨੂੰ ਵੱਸ ਕਰਨ ਦੇ ਚੱਕਰ 'ਚ ਟੂਣੇ ਕਰਦਾ ਫਿਰਦਾ। ਓਏ ਮਜ਼ਾਕ ਵੀ ਨਹੀਂ ਸਮਝਦਾ ਯਾਰ, ਅਸੀਂ ਜਿਨ੍ਹਾਂ ਨਾਲ ਬੈਠਦੇ ਹਾਂ ਬੱਲਿਆ, ਉਹਨਾਂ ਨਾਲ ਖੜਦੇ ਵੀ ਹਾਂ। ਭਾਈ? ਹਾਂ ਵੀਰੇ। ਬਾਈ ਇੱਥੇ ਕੁਲਵਿੰਦਰ ਹੈਗਾ ਕੋਈ? ਹੋ ਰਿਹਾ ਸਾਹਮਣੇ। ਦੇਖ ਭਾਈ ਗੁੱਸਾ ਨਾ ਕਰੀ ਯਾਰ, ਤੇਰੇ ਵੀ ਆਪਣੇ ਸੁਪਨੇ ਹੋਣੇ ਆ ਨਾ, ਪਰ ਯਾਰ ਕੁੜੀ ਠੀਕ ਨਹੀਂ ਹੈ,
ਚਾਲੂ ਹੈ ਚਾਲੂ ਹੈ ਹੋਰ ਮੈਨੂੰ ਵੀ ਨੰਬਰ ਦੇ ਦੋ ਯਾਰ ਕਈ ਵਾਰੀ ਬੰਦਾ ਖਾਧੀ ਵਿੱਚ ਵਟਸਐਪ ਤੇ ਵੀਡੀਓ ਕਾਲ ਹੀ ਕਰ ਲੈਂਦਾ ਓ ਲਿਸਨ ਕੇਅਰਫੁਲੀ ਬ੍ਰਦਰ ਤੇਰੀ ਵਾਈਫ ਦੀ ਗੱਲ ਹੋ ਰਹੀ ਹੈ ਠੀਕ ਨਹੀਂ ਹੈਗੀ ਉਹ ਟਰੂ ਲਵ ਕਰਦੀ ਹੈ ਕਿਹਨੂੰ ਬਾਈ ਤਿੰਨਾਂ ਨੂੰ ਕਰਦੀ ਸੀਗੀ ਯਾਰ ਬਾਈ ਇੱਕ ਨੰਬਰ ਦੀ ਗਲਤ ਕੁੜੀ ਹੈ ਤੇਰੂ ਪੈ ਜੋ ਮੰਨੋ ਇਹਨੂੰ ਮੈਨੂੰ ਤਾਂ ਕਹਿੰਦੀ ਇਹਨਾਂ ਕੰਮ 'ਚ ਕੀ ਰੱਖਿਆ ਆਪ ਸਾਂਝਾ ਖਾਤਾ ਹੀ ਖੋਲ੍ਹੀ ਬੈਠੀ ਹੈ ਉਹ ਹੈਲੋ ਦੀਆਂ ਲੱਗਦੀ ਹੈ ਆ ਕੀ ਤਿਖਰ ਤੋਂ ਪਹਿਲੇ ਚੰਦ ਚੜ੍ਹਾਈ ਬੈਠੀ ਹੈ ਉਹ ਲੁੱਕ ਤੋਂ ਵੀ ਕਾਲਾ ਤੇਰਾ ਰੰਗ ਹੈ ਤੇ ਆਸ਼ਕ ਤਿੰਨ ਤਿੰਨ ਰੱਖੀ ਬੈਠੀ ਹੈ ਨਾ ਨੂੰ ਮੈਂ ਕੀ ਰਾਸ਼ਨ ਕਾਰਡ ਬਣਾਉਣੇ ਇਹਨਾਂ ਦੇ ਪਿੰਡ ਮੈਨੂੰ ਕੀ ਪਤਾ ਹੈ ਤੈਨੂੰ ਪਤਾ ਹੋਊ ਮੇਰੇ ਕੀ ਨਾਲ ਪੜ੍ਹਦੇ ਰਹੇ ਨੇ ਉਹ ਨਾ ਇੱਕ ਹੋਵੇ ਤਾਂ ਦੱਸਾਂ ਤਿੰਨ ਤਿੰਨ ਖੜੇ ਨੇ ਤੇਰੇ ਪਤੰਦਰ ਉਹ ਇੱਕ ਹੋਵੇ ਬੰਦਾ ਸਬਰ ਵੀ ਕਰਨ ਵੀ ਚਲੋ ਨਿਆਣੀ ਉਮਰ ਦੇ ਵਿੱਚ ਕੋਈ ਗਲਤੀ ਕਰ ਲਈ ਜਾਂ ਨਿਕਲ ਜਾ ਮੇਰੇ ਘਰੋਂ ਹੁਣੀ ਜਵਾਕ ਮੈਂ ਕੀ ਕਰਨੇ ਫਿਰ ਤੇ ਕਿਸੇ ਖੂਹ ਖਾਤੇ ਚ ਭਾਈ ਜਵਾਕ ਵੀ ਹੈ ਤੇਰੇ ਮੇਰੇ ਕਾਹਦੇ ਸਾਰੇ ਉਹ ਵੀ ਤੁਹਾਡੇ ਹੀ ਹੋਣੇ ਕਿਸੇ ਦੇ ਭਾਈ ਕੋਈ ਹੋਰ ਕੁਲਵਿੰਦਰ ਹੈਗਾ ਇੱਥੇ ਆਹੋ ਹੈਗਾ ਉਹ ਬੁਲਡੋਜ਼ਰ ਚਲਾਉਂਦਾ ਉਹਦੇ ਘਰ ਵਾਲੀ ਵੀ ਵਸਾ ਰੱਖੀ ਹੈ ਉਹ ਕੋਈ ਹੋਰ ਕੰਮ ਕਰ ਲਿਓ ਭਾਈ ਕਿਉਂ ਇੱਥੇ ਡੈਨ ਬਲਜੇਰੀਅਨ ਬਣੇ ਫਿਰਦੇ ਹੋ ਕੰਮ ਕੁੰਮ ਤਾਂ ਗੱਲਾਂ ਹੀ ਨੇ ਬਾਈ ਨਹਾਉਂਦੀ ਨੀ ਜੂਆ ਯੂ ਕਾਂਟ ਇਮੇਜਿਨ ਬਾਈ ਜਿਹੜੀ ਅੱਜ ਗਲਤ ਤੋਂ ਕੱਲ੍ਹ ਵੀ ਗਲਤ ਸਾਨੂੰ ਐਂ ਕੋਈ ਭਗਤ ਬੰਦਾ ਨਾ ਫਸ ਜੇ ਨਾਲੇ ਬਾਈ ਇਹੋ ਜਿਹੀ ਕੁੜੀ ਵਿਆਹ ਕੇ ਘਰੇ ਆਊਗੀ ਆਪੇ ਸੋਚਲਾ ਬਣੂਗੀ ਬਾਬੇ ਖਾਣ ਸੂਰੀ ਆ ਉਹ ਸਾਰੀਆਂ ਫਰੂਟੀਆਂ ਪੀ ਗਈ ਮੇਰੀਆਂ ਉੱਜੜ ਜਾਏਗਾ ਤੂੰ ਟਿੰਡਰ ਤੇ ਤਿੰਨ ਤਿੰਨ ਆਈਡੀਆਂ ਬਣਾਈ ਫਿਰਦੀ ਹੈ ਹੋਰ ਤਾਂ ਹੋਰ ਰਾਤ ਨੂੰ ਨੈਟਫਲਿਕਸ ਤੇ ਸੈਕਰਡ ਗੇਮ ਦੇਖਦੀ ਆ ਫਸ ਜਾਏਗਾ ਤੂੰ ਨਾਲੇ ਬਾਈ ਅਸੀਂ ਤਾਂ ਆਵਾਂਗੇ ਮਿਲਣ ਨੂੰ ਫਿਰ ਨਾ ਕਿਤੇ ਲੜਦਾ ਫਿਰੀ ਵੀ ਆਰ ਕਲੀਅਰ ਅਗਲੀ ਸੱਦੂਗੀ ਅਸੀਂ ਆਵਾਂਗੇ ਕਿਆ ਬਾਈ ਹਾਂ ਚਲਾ ਬਾਈ ਆ ਜਾ ਯਾਰ ਸਾਡਾ ਕੰਮ ਸੀ ਸਮਝਾਉਣਾ ਆ ਜਾ ਯਾਰ ਹੁਣ ਅਗਲਾ ਸਮਝੇ ਨਾ ਸਮਝੇ ਉਹਦੀ ਮਰਜ਼ੀ ਉਹ ਮੈਂ ਤੈਨੂੰ ਬੰਦਿਆਂ ਵਾਂਗੂ ਕਹਿੰਦਾ ਤੂੰ ਮੇਰੇ ਨਾਲ ਗੱਲ ਵੀ ਨਾ ਕਰ ਮੇਰਾ ਤਾਂ ਜੀ ਕਰਦਾ ਤੇਰੇ ਤੇ ਤੱਤੀ ਤੱਤੀ ਰੁੱਕ ਪਾ ਦਾ ਮੈਂ ਜਿਹੜਾ ਤੂੰ ਮੇਰੇ ਨਾਲ ਕੀਤਾ ਪੱਤੀ ਨਾ ਮੇਰੀ ਮਿੱਟੀ ਪਾਇਆ ਉਹਦੀ ਬੇੜੀ ਚ ਵੀ ਪੱਟੇ ਉਹ ਸੌਰੀ ਬ੍ਰਦਰ ਗਲਤੀ ਨਾਲ ਮਿਸਅੰਡਰਸਟੈਂਡਿੰਗ ਹੋ ਗਈ ਹਾਂ ਲੈ ਸੁਣ ਲਿਆ ਇਹ ਤਾਂ ਕਹਿੰਦੇ ਸਾਡੇ ਨਾਲ ਮਿਸਅੰਡਰਸਟੈਂਡਿੰਗ ਵੀ ਕਰਦੇ ਰਹੀ ਤੂੰ ਸੁਣ ਲਿਆ ਤੂੰ ਹੁਣ ਬਾਬੇ ਸਰਗੁਣ ਮਹਿਤਾ ਨੇ ਕੁੱਤਾ ਲਿਆ ਮੋਇਓ ਮੋਇਓ ਹਾਂ ਨਾ ਉਹਦਾ ਮੋਇਓ ਹਾਂ ਐਸ਼ਾ ਉਹਦੀ ਰਵੀ ਦੂਬੇ ਪੈਂਦਾ ਸੋਫਿਆਂ ਤੇ ਉਹ ਪੈਂਦਾ ਬੈੱਡ ਤੇ ਬੈੱਡ ਤੇ ਹੋਰ ਫਿਰ ਆਪਾਂ ਅਗਲੇ ਜਨਮ ਮੁਝੇ ਮੋਇਓ ਕੀਜਿਓ ਅਸੀਂ ਤੈਨੂੰ ਜੋ ਵੀ ਕਿਹਾ ਸਭ ਝੂਠ ਹੈ ਯਾਰ ਉਹਦੇ ਵਰਗੀ ਤਾਂ ਕੋਈ ਕੁੜੀ ਨਹੀਂ ਬਾਈ ਸਾਡੇ ਤਿੰਨਾਂ 'ਚ ਕੋਈ ਵੀ ਗਲਤ ਨਹੀਂ ਯਾਰ ਉਹਦੇ ਨਾਲ ਬਾਈ ਗੱਲ ਇਹ ਆ ਵੀ ਅਸੀਂ ਦੋਨੇ ਇੱਕ ਦੂਜੇ ਨੂੰ ਪਸੰਦ ਕਰਦੇ ਹਾਂ ਬਾਈ ਉਹ ਤਾਂ ਇੰਨੀ ਚੰਗੀ ਆ ਅਸੀਂ ਕਦੇ ਇੱਕ ਦੂਜੇ ਦਾ ਹੱਥ ਵੀ ਨਹੀਂ ਫੜਿਆ ਯਾਰ ਉਹਦੀ ਤਾਈ ਨੇ ਨਹੀਂ ਮੰਨਣਾ ਤੁਹਾਨੂੰ ਤਾਂ ਬਾਈ ਕੋਈ ਵੀ ਮਿਲ ਜੂਗੀ ਯਾਰ ਸਾਡੀ ਦੋਨਾਂ ਦੀ ਜ਼ਿੰਦਗੀ ਬਰਬਾਦ ਹੋਣ ਤੋਂ ਬਚ ਜੂਗੀ ਬਾਈ ਯਾਰ ਵੀਰਾ ਬਣ ਕੇ ਹੈਲਪ ਕਰਦੇ ਯਾਰ ਸਾਰੀ ਜ਼ਿੰਦਗੀ ਤੇਰਾ ਆਸਾਨ ਨਾ ਦਰੂੰਗਾ ਬਾਈ ਕੋਈ ਨਹੀਂ ਬਾਈ ਜੇ ਕਿਸੇ ਦਾ ਭਲਾ ਹੁੰਦਾ ਤਾਂ ਮੈਨੂੰ ਕੀ ਹੈ ਮੈਂ ਕਿਤੇ ਹੋਰ ਕਰਾ ਲਊਂਗਾ ਤੇਰੀ ਸੋਚ ਵੇਖ ਕੇ ਬਹੁਤ ਚੰਗਾ ਲੱਗਿਆ ਬਾਈ ਨਹੀਂ ਤਾਂ ਅੱਜ ਕੱਲ੍ਹ ਇੱਥੇ ਤਾਂ ਟਾਈਮ ਪਾਸ ਹੀ ਕਰਦੇ ਆ ਸਾਰੇ
ਮੈਂ ਮਨਾ ਕਰ ਦੂੰਗਾ। ਠੀਕ ਹੈ ਵੀਰੇ, ਬਸ ਕੋਈ ਮੈਂ ਪੇਪਰ ਦੇ ਦਿੱਤਾ ਯਾਰ, ਕਲੀਅਰ ਵੀ ਹੋ ਗਿਆ, ਬਸ ਇੰਟਰਵਿਊ ਰਹਿ ਗਿਆ, ਫਿਰ ਮੇਰੀ ਨੌਕਰੀ ਲੱਗ ਜੂਗੀ, ਮੈਂ ਆਪੇ ਗੱਲ ਕਰ ਲੂੰਗਾ ਬਾਈ। ਕੋਈ ਨਹੀਂ, ਤੁਹਾਡਾ ਜਿਵੇਂ ਵੀ ਬਣਦਾ ਹੋਇਆ ਮੈਨੂੰ ਦੱਸ ਦਿਓ, ਬਸ ਮੈਂ ਤੁਹਾਡੀ ਮਦਦ ਕਰੀਏ ਨਾ, ਕਿਤੇ ਗੱਲ ਮੇਰੇ ਗੱਲ ਨਾ ਪਵਾ ਦਿਓ ਯਾਰ। ਨਹੀਂ ਬਾਈ ਤੂੰ ਫਿਕਰ ਨਾ ਕਰ, ਮੈਂ ਬਸ ਇੰਟਰਵਿਊ ਦੇ ਕੇ ਮੈਂ ਆਪੇ ਕਲੀਅਰ ਕਰ ਲੂੰਗਾ ਗੱਲ। ਕੋਈ ਚੱਕਰ ਨਹੀਂ, ਥੈਂਕ ਯੂ ਬਾਈ। ਚਾਹ ਪੀ ਲਾ। ਥੈਂਕ ਯੂ ਬਾਈ। ਜਗਜੀਤ ਆਇਆ ਸੀ ਮੇਰੇ ਕੋਲ, ਉਹਨੇ ਦੱਸਤਾ ਮੈਨੂੰ ਸਾਰਾ ਕੁਛ। ਕੋਈ ਨਾ, ਜੇ ਤੁਹਾਡੀ ਬਣੀ ਆ ਤਾਂ ਤੁਸੀਂ ਮੈਨੂੰ ਮਾੜਾ ਜਿਹਾ ਦੱਸ ਦਿਓ ਬਾਈ ਦੀ ਨੌਕਰੀ ਦਾ, ਜਿਵੇਂ ਬਣੂਗਾ ਉਸ ਹਿਸਾਬ ਨਾਲ ਮੈਂ ਜਵਾਬ ਦੇ ਦੂੰਗਾ। ਯਾਰ ਬਣਾਉਂਦੀ ਹੈ ਏਡੀ ਮੇਰੀ ਸਾਰੀ ਅੱਗ ਲੱਗੀ ਹੈ ਤੈਨੂੰ ਯਾਰ ਬਣਾਉਣ ਦੀ, ਦੋ ਮਾਰੀਆਂ ਨਾ ਪੁੱਠੇ ਆਦੀਆਂ ਸਹਿ ਨਹੀਂ ਹੋਣੀਆਂ। ਆਇਆ ਸੀ ਮੇਰੇ ਕੋਲ, ਗੁਣ ਜੇ ਗਾਉਂਦਾ ਸੀ ਤੇਰੇ, ਜੀ ਸਿਆਣੀ ਬਹੁਤ ਹੈ, ਚੰਗੀ ਬਹੁਤ ਹੈ, ਇੱਡੀ ਚੰਗੀ ਹੈ ਤਾਂ ਸਾਲਿਆ ਮੈਂ ਕਿਉਂ ਛੱਡੂ, ਦੋ ਮਰੀਆਂ ਨਾ ਕੰਨ ਤੇ ਇਸ਼ਕ ਜਾ ਖਿੜਦਾ ਪਾਉਂਦਾ ਫਿਰੂਗਾ ਤੇਰਾ, ਵੱਡੀ ਬਣਦੀ ਆ ਸਾਹਿਬਾ। ਕਿੰਨੀ ਵਾਰੀ ਮਿਲੀ ਹੁਣ, ਕਿੰਨੀ ਵਾਰੀ ਮਿਲੀ ਹੁਣ, ਸਾਸਾ ਦੱਸ ਦੇਣੀ ਤਾਂ ਵੜ ਤੂੰ, ਹੱਥ ਲਾਇਆ ਉਹਨੇ ਤੈਨੂੰ, ਹੱਥ ਲਾਇਆ ਸੌਖਾ ਸੌਖਾ ਆਪਦੀ ਮਾਂ ਦੀ ਸੌਖਾ, ਹੱਥ ਲਾਇਆ ਉਹਨੇ ਤੈਨੂੰ, ਹੱਥ ਲਾਇਆ ਮਰ ਪਰੇ ਜਾ ਕੇ, ਭੈਣ ਮਰੋਣੇ ਦਾ ਜਿਉਣਾ ਗਰਕ ਹੋਇਆ ਪਿਆ ਇਸ ਜੱਗ ਤੇ। ਕੀ ਹੋਇਆ ਪੁੱਤ, ਕੀ ਹੋਇਆ, ਯਾਰ ਬਣਾਈ ਬੈਠੀ ਹੈ ਤੇਰੀ ਉਹ ਬਾਲੀ ਸੱਚਿਆਰੀ, ਚਾਹੀਦਾ ਤੁਹਾਨੂੰ ਗੱਲਾਂ ਚ ਲੱਖ ਤੇ ਮੈਂ 32 ਲੱਖ ਤੁਹਾਨੂੰ, ਤਾਂ ਫੇਰਾ ਬਹਿ ਜੇ ਇਹਦਾ। ਓਏ ਭੈਣ ਤੇਰੀ ਨਿਕਲ ਨੂੰ ਫਿਰਦੀ ਆ, ਤੂੰ ਕਿਹੜੇ ਹੌਸਲੇ ਚ ਮੁੱਛਾਂ ਨੂੰ ਵੱਟ ਦੇਈ ਜਾਂਦਾ, ਨਾ ਟਲੀ ਬੈਰ ਨੇ ਕਰਤਾ ਉਹੀ ਕੰਮ ਕਰਤਾ, ਆ ਜਿਹੜੇ ਸੱਪ ਜੇ ਕੱਢੀ ਫਿਰਦੀ ਆ ਨਾ ਸੱਪ ਜੇ, ਇਹ ਤੇਰੇ ਲੱਛਣ ਮੈਨੂੰ ਪਹਿਲੇ ਹੀ ਦਿੰਦੇ ਸੀ, ਇੱਥੇ ਲੜਾ ਤੇ ਇੱਥੇ ਇੱਥੇ, ਤੂੰ ਦਏਗਾ ਇਹਦੇ ਗੜ ਚ ਗੁੱਠਾ ਕੇ ਮੈਂ ਲਾਵਾਂ ਦਾਤ ਨਾਲ ਇਹਦਾ ਗਾਟਾ, ਜਾਵੇ ਪਾਲੇ ਤੂੰ ਤੇ ਬਸ ਹਿੱਲਣ ਜੋਗੀ ਨਾ ਛੱਡੀ, ਇਹਨੂੰ ਤਾਂ ਮੈਂ ਕਰਾਉਣੀਆਂ ਆ ਗਈਆਂ। ਕੋਈ ਨੀ ਚਾਚੀ ਮੈਂ ਚੱਪੂੰਗਾ ਅੱਕ, ਤੂੰ ਬਸ 5 ਦਿਨਾਂ ਚ ਵਿਆਹ ਦੇ ਮੇਰੇ ਨਾਲ, ਫਿਰ ਮੈਂ ਜਾਣਾ ਤੇ ਮੇਰਾ ਕੰਮ ਜਾਣਾ, ਨਾਲੇ ਪੈਸੇ ਪੂਸੇ ਹੈ ਨੀ ਹੁਣ ਮੇਰੇ ਕੋਲੇ। ਉਹ ਤੇ ਵਿਹਾਰੀ ਗੱਲ ਹੈ, ਹੁਣੇ ਤੁਹਾਡਾ ਰਿਸ਼ਤਾ ਨੀ ਛੱਡ ਰਿਹਾ, ਤੁਸੀਂ ਸਮਝੋ ਕਿ ਤੁਹਾਡੇ ਪਰਿਵਾਰ ਲਈ ਇਹੀ ਬਹੁਤ ਵੱਡੀ ਗੱਲ ਹੈ। ਸ਼ਾਬਾਸ਼ ਪੁੱਤ, ਰੱਬ ਤੈਨੂੰ ਉਮਰਾਂ ਲਾਵੇ, ਇਹਨੇ ਤਾਂ ਸਾਡੇ ਬਾਰੇ ਭੋਰਾ ਨਾ ਸੋਚੀ, ਇਹਦੀ ਮਾਂ ਨਿਕਲ ਕੇ ਆਈ ਸੀ ਇਹਦੇ ਪਿਓ ਨਾਲ, ਇਹ ਕਿਵੇਂ ਰਹਿੰਦੀ। ਜਗਜੀਤ ਨੂੰ ਇਹ ਪਤਾ ਲੱਗੇ ਨਾ, ਉਹ ਮਿੰਟ ਚ ਮੈਨੂੰ ਲੈ ਜੂ, ਨਰਕ ਤੋਂ ਬਚ ਜੂ ਮੈਂ, ਪਰ ਉਹਦੀ ਸਾਰੀ ਮਿਹਨਤ ਖਰਾਬ ਹੋ ਜੂ, ਉਹ ਵਿਚਾਰਾ ਦਿਹਾੜੀਦਾਰ ਬਣ ਕੇ ਰਹਿ ਜੂ। ਫੌਜੀ ਕਹਿੰਦਾ ਹੈ ਨਾ, ਜੇ ਕਿਸੇ ਨੂੰ ਆਪਣਾ ਮੰਨੀਏ ਤੇ ਨਾ ਆਪਾਂ ਕੋਈ ਉਮੀਦ ਕਰੀਦੀ ਹੈ ਨਾ ਹੀ ਆਪਾਂ ਜਤਾਈਦਾ। ਧੀ ਤੁਹਾਡੀ ਭਾਵੇਂ ਰੋਜ਼ ਛਿੱਤਰ ਖਾਏ, ਉਹਦਾ ਕੋਈ ਨਹੀਂ, ਪਰ ਜਿੱਦਣ ਜੀਤ ਨੌਕਰੀ ਲੱਗ ਕੇ ਆਪਣੇ ਬਾਪੂ ਦੀ ਜ਼ਮੀਨ ਪੁੱਠੀ ਲੈ ਕੇ ਆਊਗਾ ਨਾ, ਸਭ ਭੁੱਲ ਜਾਣਾ। ਉਹ ਸੜਕਾਂ ਵਾਲਾ ਭਾਈ ਵੱਧ ਤੋਂ ਵੱਧ ਕੀ ਕਰ ਲੂਗਾ, ਰੋਜ਼ ਕੁੱਟੂਗਾ ਹੀ ਨਾ, ਕੁੱਟ ਲੈ ਆਦਤ ਆ।
ਨਮਾਜ਼ਾਂ ਨੀ ਅੰਮੀ, ਮੈਨੂੰ ਡਰ ਲੱਗਦਾ ਹੈ। ਘੁੱਟ ਖਾਣ ਤੋਂ ਨੀ, ਕਿਸੇ ਹੋਰ ਦੀ ਹੋਣ ਤੋਂ। ਸਤਿ ਸ਼੍ਰੀ ਅਕਾਲ ਸਰਦਾਰ ਸਾਹਿਬ। ਸਤਿ ਸ਼੍ਰੀ ਅਕਾਲ ਬਾਈ। ਸਰਦਾਰ ਸਾਹਿਬ, ਕੁੜੀ ਦਾ ਵਿਆਹ ਧਰਿਆ ਜੀ, ਥੋੜ੍ਹੇ ਪੈਸੇ ਚਾਹੀਦੇ ਸੀ। ਅਗਲੇ ਗੜੇ ਨਰਮਾ ਚੁੱਕ ਕੇ ਚੁਕਾ ਦਾਂਗੇ ਜੀ, ਖੜ੍ਹੇ ਪੈਰ ਵਿਆਹ ਧਰਨਾ ਪੈ ਗਿਆ। ਕੋਈ ਨਹੀਂ, ਮਿਲ ਜਾਣਗੇ। ਧੰਨਵਾਦ ਜੀ, ਧੰਨਵਾਦ। ਧੀਆਂ ਤਾਂ ਸਭ ਦੀਆਂ ਸਾਂਝੀਆਂ ਹੁੰਦੀਆਂ। ਹਾਂਜੀ, ਉਹ ਵਿਆਹ ਧਰਤਾ ਉਹਦਾ ਤਾਂ ਹੈ ਕਿਵੇਂ ਯਾਰ? ਉਹ ਵਿਚਲੀ ਗੱਲ ਤਾਂ ਮੈਨੂੰ ਆਪ ਵੀ ਨਹੀਂ ਪਤਾ। ਉਹਦਾ ਤਾਇਆ ਆਇਆ ਸੀ ਘਰੇ ਬੁੜੇ ਤੋਂ ਪੈਸੇ ਲੈਣ। ਪਰ ਬਾਈ, ਆਪਾਂ ਤਾਂ ਯਾਰ ਵਧੀਆ ਗੱਲ ਕਰਕੇ ਆਏ ਸੀ ਮੁੰਡੇ ਨਾਲ। ਉਹ ਦੁਨੀਆ ਬਹੁਤ ਭੈਣ ਦੀ ਪਣਵਈਆ ਹੈ, ਤੂੰ ਇਹਨੂੰ ਰੋਈ ਜਾਂਦਾ, ਮੇਰੇ ਨਾਲ ਤਾਂ ਆਪ ਧੋਖਾ ਹੋ ਗਿਆ। ਆ ਨਾਨਕੀ ਚੱਕ ਦੇ ਕੇ ਗਏ ਸੀ ਕਤੂਰਾ, ਕਹਿੰਦੇ ਬਹੁਤ ਕੌੜ ਹੈ, ਹਜੇ ਤੱਕ ਸਾਲੇ ਨੇ ਭੌਂਕ ਕੇ ਨਹੀਂ ਦਿਖਾਇਆ, ਕਹਿੰਦੇ ਪਿੱਟ ਬੁੱਲ ਦਾ ਦੁੱਧ ਪਿਆਇਆ ਇਹਨੂੰ। ਮੈਨੂੰ ਤਾਂ ਲੱਗਦਾ ਗੂੰਗਾ ਯਾਰ ਇਹ। ਬਾਈ, ਤੂੰ ਮੇਰੀ ਗੱਲ ਕਰਾ ਸਕਦਾ ਯਾਰ ਤੇਗ ਨਾਲ? ਮੈਂ ਬਾਈ ਬਣ ਕੇ ਕਰਾ ਦੇ ਯਾਰ, ਕੱਲ ਨੂੰ ਇਸੇ ਟਾਈਮ ਹੋ ਸਕਦੀ ਹੈ, ਤੈਨੂੰ ਮੇਰੇ ਕੋਲ ਫੋਨ ਨਹੀਂ ਹੁੰਦਾ। ਬਾਈ ਬਾਈ ਕਰਾ ਦੇਗਾ ਨਾ ਯਾਰ? ਠੀਕ ਹੈ, ਲੈ ਬਣ ਗਿਆ ਚਿੱਤਰਾਂ ਨੂੰ ਥਾਂ। ਬਾਪੂ ਕਹਿੰਦਾ ਸੀ ਜਾ ਕੇ ਆਈ, ਕੁੜੀ ਦੇ ਵਿਆਹ ਦਾ ਕੰਮ ਹੈ, ਲੋੜ ਲੋੜ ਪੈ ਜਾਂਦੀ ਹੈ ਜੀ। ਧੰਨ ਪਾਕ ਸ਼ੇਰਾ, ਤੁਸੀਂ ਆਏ ਹੈ, ਸ਼ਾਬਾਸ਼ ਤੁਹਾਡੇ, ਸ਼ਾਬਾਸ਼। ਆਪਣਾ ਪਤਾ ਵੀ ਨਹੀਂ ਲੱਗਣਾ, ਐਂ ਨਹੀਂ ਪਤਾ ਵੱਢ ਕੇ ਚੁੱਲ੍ਹੇ ਦੇਣਗੇ ਕਿ ਤਲ ਕੇ ਬਰਾਤੀ ਖਾਣਗੇ। ਮਿਲ ਜਾਣਗੇ ਪਕੌੜੇ, ਕਿੱਡੀ ਕੁ ਗੱਲ ਆ ਯਾਰ, ਹੈਂ ਭੈਣ ਕਿੱਥੇ ਵੇ, ਸ਼ਗਨ ਹੀ ਪਾ ਜਾਂਦਾ। ਸ਼ਗਨ ਦੀ ਕੀ ਲੋੜ ਹੈ ਕਾਕਾ, ਤੁਸੀਂ ਸਾਡੇ ਲਈ ਇੰਨਾ ਕੁਛ ਕੀਤਾ ਹੈ, ਇਹ ਥੋੜ੍ਹਾ ਹੈ, ਨਾਲੇ ਬਾਈ ਦੇ ਉਦਨ ਦੇ ਤਾਂ ਦਿੱਤਾ ਸੀ ਸ਼ਗਨ। ਹਾਂਜੀ, ਨਾ ਜੀ ਨਾ ਨਾ, ਮੇਰਾ ਵੀ ਕੋਈ ਫਰਜ਼ ਬਣਦਾ, ਉਹ ਆਪਣੀ ਥਾਂ, ਮੈਂ ਆਪਣੀ ਥਾਂ, ਤਾਈ ਅੰਦਰ 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 ਹਾਂ, ਮੈਂ ਲਾਉਣਾ ਤਾਈ ਨੂੰ ਜਾ ਕੇ ਆਇਆ। ਤਾਈ ਕਾਕਾ, ਚਾਹ ਤਾਂ ਪੀ ਕੇ ਜਾ। ਹਾਂਜੀ ਹਾਂ, ਚਾਹ ਤਾਂ ਮੁਕਾ ਲੈ। ਹਾਂ ਕਿਰਨ, ਆ ਕਰਾਉਣਾ ਗੱਲ, ਬਸ ਆ ਗਿਆ ਆ ਗਿਆ। ਮਾਈ ਵਾਈਫ ਕਿਰਨ, ਚੁੱਪ ਕਰੋ ਜੀ ਤੁਸੀਂ, ਅੱਡੀਆ ਤੁਸੀਂ ਕਰ ਲਏ ਅਖਤਰ, ਗੱਲ ਕਰ ਲੈਂਦੇ ਉਹਨੂੰ, ਚੁੱਪ ਕਰ ਜਾ ਕੁੜੇ, ਚੁੱਪ ਕਰਨੀ ਤਾਈ ਤੂੰ ਵੀ। ਦੇਖ ਮੈਂ ਜੀਤ ਬੋਲਦਾ ਯਾਰ, ਤੂੰ ਪਲੀਜ਼ ਇਹ ਵਿਆਹ ਨਾ ਕਰਾ, ਬਸ ਜਿਵੇਂ ਮਰਜ਼ੀ ਕਰਕੇ ਦੋ ਦਿਨ ਕੱਢ ਲਾ, ਮੈਂ ਆ ਜਾਊਂਗਾ, ਮੇਰੇ ਤੇ ਭਰੋਸਾ ਰੱਖ। ਨਾਲੇ ਲੋਕੀ ਗੱਲਾਂ ਕਰਦੇ ਹੋਣਗੇ, ਮੈਂ ਗੱਲਾਂ ਨਹੀਂ ਕਰਦਾ। ਪਰ ਜਿਹੜੀ ਵੀ ਜ਼ਿੰਦਗੀ ਸੋਚੀ ਸੀ ਸਭ ਸੱਚ ਹੋਣਾ, ਮੈਂ ਆ ਨਹੀਂ ਸਕਦਾ, ਨਹੀਂ ਮੈਂ ਹੁਣੇ ਆ ਜਾਂਦਾ ਯਾਰ, ਪਲੀਜ਼ ਬਸ ਦੋ ਦਿਨ ਕੱਢ ਲਾ। ਦੇਖ ਤੂੰ ਮੈਨੂੰ ਇੱਥੇ
ਤੱਕ ਲੈ ਕੇ ਆਈ ਹਾਂ, ਬਸ ਦੋ ਦਿਨ ਹੋਰ। ਮੈਨੂੰ ਨਹੀਂ ਪਤਾ ਤੂੰ ਕਿਵੇਂ ਕਰਨਾ। ਬਸ ਕਰ ਦੇ ਯਾਰ ਪਲੀਜ਼। ਮੇਰੇ ਸਹੁਰਿਆਂ ਦੇ ਘਰੇ ਪੇਟੀਆਂ ਵਾਲੇ ਅੰਦਰ ਪੋਚੇ ਲਾਉਂਦੀ ਮਿਲਣਾ ਮੈਂ ਤੁਹਾਨੂੰ। ਬਸ ਤੁਸੀਂ ਆ ਜਾਓ। ਇਹਨੇ ਤਾਂ ਮੈਨੂੰ ਲਹੂ ਪੀ ਲਿਆ ਮੇਰਾ। ਬੇ ਚੱਕ ਲਓ ਆ ਚੰਡ ਫੋੜ ਕੇ, ਚੱਕ ਲਓ ਆਪਣੀ, ਲੈ ਜਾਓ। ਇੱਥੇ ਬਰਾਤ ਨਹੀਂ ਆਉਣੀ, ਲੈ ਜਾਓ, ਤੋੜ ਦੇਵੇ ਆਹ ਟਰੱਕ ਜੇ ਨੂੰ। ਨਾ ਬਾਈ, ਜੀਤ ਤਾਂ ਇੰਟਰਵਿਊ ਦੇਣ ਗਿਆ, ਝੂਠ ਬੋਲਦੇ ਆ ਯਾਰ, ਘਰੋਂ ਭੱਜਿਆ ਬਾਈ, ਇਹ ਗੱਲ ਠੀਕ ਨਹੀਂ। ਮੇਰਾ ਚਿੱਤ ਨਹੀਂ ਮੰਨਦਾ, ਪਰ ਜੇ ਇਹ ਗੱਲ ਸੱਚ ਹੋਈ ਨਾ, ਮੈਂ ਆਪ ਬਾਂਹ ਫੜ ਕੇ ਲਿਆਉਂ ਤੁਹਾਡੇ ਕੋਲ। ਪਤਾਸੇ ਹੋਰ ਵੰਡੇ ਹੋਣੇ ਆ ਬੀਜੀ, ਮੁੰਡੇ ਹੋਏ ਆ, ਮੁੰਡੇ ਹੋਏ ਆ। ਇੱਕ ਪਾਈਆ ਦੀ ਕੁੜੀ ਤੇ ਨੀ ਨਿਗਾਹ ਰੱਖੀ ਗਈ ਯਾਰ ਤੁਹਾਡੇ ਤੋਂ। ਮੇਰੇ ਘਰੋਂ ਇੱਕ ਇੰਚ ਪੱਟ ਕੇ ਵਹਾਉਂਦੀ ਉਹ ਯਾਰ, ਪੈਰ ਕਿੱਥੇ ਆ ਤੁਹਾਡੇ? ਕਿੰਨੇ ਮਹਾਨ ਹੋ ਤੁਸੀਂ? ਮਾਸੀ ਕੀ ਖਾ ਕੇ ਜੰਮਿਆ ਸੀ ਇਹਨਾਂ ਨੂੰ ਦੱਸ ਤਾ ਸੀ, ਕੀ ਖਾ ਕੇ ਜੰਮਿਆ ਸੀ? ਤਿੰਨਾਂ ਚੋਂ ਇੱਕ ਤਾਂ ਚੱਜ ਦਾ ਜੰਮ ਲੈਂਦੀ। ਯਾਰ ਕੁਛ ਵੀ ਨਾ ਬੋਲ, ਨਾਲੇ ਸਾਨੂੰ ਕਿਹੜਾ ਦੁੱਖ ਨੀ? ਦੁੱਖ ਹੈ ਨਾ ਤਾਂ ਸੱਸਰ ਵਿਛਾ ਕੇ ਦੁੱਖ ਹੀ ਸਾਂਝਾ ਕਰ ਲੈਂਦੇ ਆ ਪਹਿਲਾਂ ਆਪਾਂ। ਤੇਰੇ ਦੁੱਖ ਨੂੰ ਚਿੱਤਣਾ ਮੈਂ? ਉਹ ਭਾਰਤੀ ਕੀ ਆ ਯਾਰ, ਐਸਾ ਕੀ ਆ ਉਹਦੇ ਚ ਜੋ ਮੇਰੇ ਚ ਹੈ ਨੀ? ਬਾਈ ਆਏ ਬੈਠਾ ਸੀ ਮੇਰੇ ਸਾਹਮਣੇ, ਆਏ ਬਾਈ ਜੀ, ਬਾਈ ਜੀ, ਬਾਈ ਜੀ ਕਰਦਾ ਸੀ ਉਹ। ਰੌਲਾ ਪਾਉਣ ਨਾਲ ਕੁਝ ਨੀ ਹੋਣਾ, ਅਸੀਂ ਵੀ ਲੱਭ ਰਹੇ ਆ। ਉਹ ਤੈਨੂੰ ਪਤਾ ਵੀ ਆ ਬਰਾਤ ਅੱਜ ਘਰੇ ਬਰਾਤੀ ਬੈਠੇ ਆ ਸ਼ਰਾਬ ਪੀ ਕੇ, ਵੀ ਜੰਜ ਚੜਨਾ, ਜੰਜ ਚੜਨਾ ਕੀ ਸਮਝਾਵਾਂ ਮੈਂ ਉਹਨਾਂ ਨੂੰ? ਬਾਲਾ ਟਾਈਮ ਹੈ ਨੀਗਾ ਮੇਰੇ ਕੋਲ, ਦੋ ਦਿਨ ਸਿਰਫ, ਦੋ ਦਿਨ।
ਜੇ ਲੱਭਦੀ ਆ ਤਾਂ ਠੀਕ ਆ, ਨਹੀਂ ਤਾਂ ਬਹੁਆਂ ਜੇ ਚੱਕ ਕੇ ਲੈ ਜੂੰਗਾ ਮੈਂ ਤੁਹਾਡੀਆਂ। ਚਲੋ ਯਾਰ। ਹਾਏ ਬੀਬੀ, ਸਾਨੂੰ ਕਾਹਦੇ ਲਈ ਚੱਕ ਕੇ ਲੈ ਜੂਗਾ? ਸਾਰੀ ਮਦਰ ਤੋਂ ਨਿਕਲੀ ਗਈ ਸੀ ਫਿਰ ਪੁੱਠੇ ਕੀ ਰਹਿਣਾ ਹੈ? ਤੁਸੀਂ ਮੈਨੂੰ ਧੀ ਨਹੀਂ ਮੰਨਿਆ, ਤੁਹਾਡੀ ਮਰਜ਼ੀ ਤਾਇਆ, ਪਰ ਮੈਂ ਇਹੋ ਜਿਹਾ ਕੁਝ ਨਹੀਂ ਕਰਨਾ ਕਿ ਤੁਹਾਡਾ ਸਿਰ ਨੀਵਾ ਹੋਵੇ। ਤੁਹਾਡਾ ਹੱਕ ਹੈ ਮੇਰੇ ਤੇ, ਤੁਸੀਂ ਪਾਲਿਆ ਮੈਨੂੰ, ਪਰ ਵੇਟ ਨਾ, ਜੇ ਮੇਰੀ ਜ਼ਿੰਦਗੀ ਦੀ ਕੀਮਤ 80,000 ਹੈ
ਮੈਂ ਕਮਾ ਕੇ ਦੇ ਦੂ, ਮੈਨੂੰ ਇਸ ਹੱਕ ਤੋਂ ਆਜ਼ਾਦ ਕਰ ਦੇ, ਮੈਨੂੰ ਜੀਤ ਨਾਲ ਤੋਰ ਦੇ ਤਾਇਆ। ਪਰ ਮੰਜੀ ਤਾਂ ਦਿੱਤੀ, ਚੂਰੀ ਨੀ ਖਵਾਈ, ਪਰ ਭੁੱਖੇ ਸੌਣ ਨੀ ਦਿੱਤਾ। ਜੇ ਨਾ ਸਾਂਭਦੀ ਤਾਂ ਰੁਲ ਜਾਣਾ ਸੀ ਮੈਂ। ਤਾਈ ਮੈਂ ਕਹਿੰਦੀ ਸੀ ਨਾ ਫੌਜੀ ਆਊਗਾ, ਮੇਰਾ ਫੌਜੀ ਆ ਗਿਆ ਤਾਈ।